ਇੱਕ ਸਟੱਡੀ ਅਤੇ ਦੂਸਰਾ ਸਰਕਲ। ਸਰਕਲ ਐਸਾ ਹੈ, ਇੱਕ ਬਿੰਦੂ ਪਾ ਕੇ ਆਲੇ ਦੁਆਲੇ ਗੋਲ ਕਰਕੇ ਉਹ ਵੀ ਸਰਕਲ ਸਾਰੀ ਧਰਤੀ ਦੇ ਆਲੇ ਦੁਆਲੇ ਵੀ ਛੁਪਾ ਦਿਓ ਤਾਂ ਵੀ ਸਰਕਲ, ਛੋਟੇ ਤੋਂ ਛੋਟਾ ਵੀ ਹੋ ਸਕਦਾ, ਵੱਡੇ ਤੋਂ ਵੱਡਾ ਵੀ ਹੋ ਸਕਦਾ। ਜਿੱਥੇ ਤੱਕ ਸਟੱਡੀ ਦੀ ਗੱਲ ਹੈ, ਸਟੱਡੀ ਗੁਰੂ ਗੋਬਿੰਦ ਸਿੰਘ ਸਾਹਿਬ ਜੋ ਕਿ ਅਲਿਆ ਖਾਣੀ ਗੱਲ ਕਹੀ ਹੈ, ਇਨਸਾਫ ਕਰੇ ਦਿਲ ਮੇਂ ਜ਼ਮਾਨਾ ਤੋ ਯਕੀਨ ਹੈ ਦੇ, ਕਹਿੰਦੇ ਗੁਰੂ ਗੋਬਿੰਦ ਕਾ ਸਾਨੀ ਕੀ ਨਕੀ ਹੈ। ਜਿਵੇਂ ਰੱਬ ਬੇਅੰਤ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬੇਅੰਤ ਨੇ ਉਹ ਸਾਰੀ ਸ੍ਰਿਸ਼ਟੀ ਨੂੰ ਕਲਾਮੇ ਵਿੱਚ ਲੈਂਦੇ ਪਏ। ਹੈਰਾਨ ਹੋ ਜਾਓ ਕਿ ਸੁਣ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰਚਨਾ ਕਿਤੇ ਧਿਆਨ ਨਾਲ ਪੜ੍ਹੋ। ਮੈਂ ਹੈਰਾਨ ਹੋ ਜਾਂਦਾ ਇਹ ਪੜ੍ਹ ਕੇ, ਪਾਤਸ਼ਾਹ ਨੇ ਜਦੋਂ ਜਾਪ ਸਾਹਿਬ ਲਿਖਿਆ ਕਦੀ ਭਗਵਤੀ ਸ਼ਬਦ ਧਿਆਨ ਨਾਲ ਪੜ੍ਹ, ਉਹਦੇ ਜਿਉਂਦੇ ਸਨ ਸਾਰੀਆਂ ਭਾਸ਼ਾ ਜਿਹੜੀਆਂ ਨੇ ਇੱਕ ਹੋ ਜਾਣ, ਔਰ ਇਹਨਾਂ ਦਾ ਵਰਤੇਵਾ ਇੱਕ ਦੂਸਰੇ ਤੋਂ ਨਫ਼ਰਤ ਇਹ ਮੁੱਕ ਜਾਵੇ। ਪਾਠ ਕਰਦਿਆਂ ਮੈਂ ਇੱਕ ਦਿਨ ਹੈਰਾਨ ਹੋ ਗਿਆ ਕਿ ਆਸ਼ੋਕ ਵਰਤੇ ਕਿ ਸਰਗੁਰੇ ਵਰਤੇ ਕਿ ਜਗਤਮ ਕ੍ਰਿਤੀ ਹੈ, ਕਿ ਸ਼ਤਰੰਗ ਸ਼ਕਤੀ ਹੈ, ਕਿ ਬ੍ਰਹਮ ਸਰੂਪ ਹੈ, ਕਿ ਅਨੁਭਵ ਅਨੂਪ ਹੈ, ਕਿ ਆਦਿ ਦੇਵ ਹੈ, ਕਿ ਆਪੇ ਅਦੇਵ ਹੈ, ਕਿ ਚਿਤਰੰਗ ਵਹੀ ਨੇ, ਕਿ ਇੱਕ ਅਧੀਨ ਹੈ। ਸੰਸਕ੍ਰਿਤ ਦੇ ਸਾਰੇ ਸ਼ਬਦ ਹਿੰਦੀ ਸੰਸਕ੍ਰਿਤ ਦੇ, ਫਿਰ ਸੁਣ ਲਓ। ਆਸ਼ੋਕ ਵਰਨੇ ਕੇ ਸਰਬਾ ਵਰਨੇ ਕੇ ਜਗਤੰ ਕ੍ਰਿਤੀ ਹੈ, ਕਿ ਸ਼ਤਰੰਗ ਛਤਰੀ ਹੈ, ਕਿ ਬ੍ਰਹਮ ਸਰੂਪ ਹੈ, ਕਿ ਅਨੁਭਵ ਰੂਪ ਹੈ, ਕਿ ਆਦਿ ਦੇਵ ਹੈ, ਕਿ ਆਪ ਵੇਵ ਹੈ, ਕਿ ਚਿਤਰੰਗ ਵਹੀਨ ਹੈ, ਕਿ ਇੱਕ ਹੀ ਅਧੀਨ। ਅਚਾਨਕ ਫਾਰਸੀ ਅਧੀਨ ਸ਼ੁਰੂ ਹੋ ਗਈ ਕਿ ਰੋਜ਼ੀ ਵੀ ਲੱਗ ਗਈ, ਰਹੀਮੇ ਰਿਹਾ ਕੇ, ਕਿ ਪਾਕ ਬੇਐਬ ਹੈ, ਕਿ ਗੈਬੁਲ ਗੈਬ ਹੈ, ਅਫੂਲ ਗੁਣਾ ਹੈ, ਕਿ ਸ਼ਰਮਿਲ ਸ਼ਾਹ ਹੈ, ਕਿ ਕਾਰਨ ਪੁਨਿੰਦ ਹੈ, ਕਿ ਰੋਜ਼ੀ ਰਹਿੰਦ ਹੈ। ਉਹਨਾਂ ਦਾ ਦਾਇਰਾ ਬਹੁਤ ਵੱਡਾ, ਉਹ ਤੇ ਇੱਥੇ ਤੱਕ ਚਲੇ ਗਏ ਪਰਮਾਤਮਾ ਬਾਰੇ ਨਾਮ ਦੀਆਂ ਵੀ ਜੋ ਵੰਡੀਆਂ ਪਾਈਆਂ ਉਹਨਾਂ ਤੇ ਗੱਲ ਹੀ ਮੁਕਾ ਦਿੱਤੀ। ਕਿਹਾ ਨਮਸਤਿਆਂ ਨਾਮੇ ਨਮਸਤ ਅਥਾਂ। ਕੁਰਾਨ ਵਿੱਚ ਵੀ ਐਸਾ ਕਿਹਾ, ਉਸ ਅੱਲਾ ਦੇ ਸੌ ਨਾਂ ਨੇ ਲਿਖਦੇ, ਤੁਸੀਂ ਪੜ੍ਹੋ ਮਹਾਨ ਕੋਸ਼ ਚੋਂ ਪੜ੍ਹਨਾ, 99 ਪੜ੍ਹਦੇ, ਇੱਕ ਦੇ ਬਾਰੇ ਉਹ ਕਹਿੰਦੇ ਨੇ ਆਪ ਹੀ ਜਾਣਦਾ, ਉਸਦਾ ਸਾਨੂੰ ਕੋਈ ਪਤਾ ਨਹੀਂ। ਜਿਹੜਾ ਅਸਲ ਨਾਮ ਹੈ ਉਸਦਾ ਕੀ ਹੈ? ਸਤਿਗੁਰੂ ਕਹਿੰਦੇ ਨਮਸਤੰਗਿਆ ਨਾਮੇ ਨਮਸਤੰਗਿਆ ਠਾਮੇ, ਨਮਸਤੰਗ ਅਮਜਵੇ ਨਮਸਤਸਤ ਅਜਵੇ। ਫਿਰ ਉਹਨਾਂ ਨੂੰ ਸਟੱਡੀ ਕਰਨਾ ਕੋਈ ਕੰਮ ਸੌਖਾ ਨਹੀਂ। ਇੱਕ ਗੱਲ ਮੈਂ ਇੱਥੇ ਕਹਿ ਦਿੰਦਾ, ਕਿਉਂਕਿ ਤੁਸੀਂ ਗਿਆਨ ਪ੍ਰਚਾਰ ਰਹੇ ਹੋ, ਸਾਰੇ ਬਹੁਤ ਪੜ੍ਹੇ ਲਿਖੇ ਸੱਜਣ ਹੋ, ਇਸ ਸੰਸਥਾ ਦੇ ਮੈਂਬਰ। ਭਾਈ ਵੀਰ ਸਿੰਘ ਦਾ ਇੱਕ ਬਚਨ ਸੁਣਾ ਦੇ, ਉਹ ਕਹਿੰਦੇ ਨੇ ਸਿਰ ਕਚਕੌਲ ਬਣਾ ਹੱਥ ਲੀਤਾ, ਪੜ੍ਹਿਆ ਦੁਆਰੇ ਫਿਰੇ, ਮੰਗ ਮੰਗ ਕੇ ਟੋਕੇ ਇਸ ਵਿੱਚ ਪਾਏ, ਧੁੰਨ ਧੁੰਨ ਇਸ ਨੂੰ ਭਰਿਆ, ਭਰਿਆ ਵੇਖ ਅਫਰੇ ਅਸਾਂ ਮੈਂ ਜਾਣਾ ਪੰਡਿਤ ਹੋਇਆ।
ਪੰਡਿਤ ਤੇ ਗਿਆਨੀ ਵਿੱਚ ਫਰਕ ਹੈ। ਪੰਡਿਤ ਕੋਲ ਕੇਵਲ ਜਾਣਕਾਰੀ ਹੈ, ਬਾਹਰੋਂ ਇਕੱਠੀ ਕੀਤੀ ਹੋਈ, ਅਨੁਭਵ ਕੋਈ ਨਹੀਂ। ਗਿਆਨੀ ਕੋਲ ਅਨੁਭਵ ਹੈ, ਮੈਂ ਕੌਣ ਹਾਂ ਇਹ ਅਨੁਭਵ ਨਹੀਂ ਤੇ ਪੰਡਤਾ ਹੈ। ਉਹ ਕਹਿੰਦੇ ਨੇ ਮੰਗ ਮੰਗ ਕੇ ਟੋਕੇ ਸੋਚ ਪਾਏ, ਜਿਹੜਾ ਗਿਆਨ ਹੈ ਕਿਤੇ ਉਧਾਰਾ ਤੇ ਨਹੀਂ, ਸਾਰਾ ਆਪਣਾ ਅਨੁਭਵ ਹੈ। ਮੰਗ ਮੰਗ ਕੇ ਟੋਕੇ ਸੋਚ ਪਾਏ, ਤੁਨ ਤੁਨ ਇਸ ਨੂੰ ਭਰਿਆ, ਭਰਿਆ ਵੇਖ ਭਰਿਆ ਸਾਂਝਾ, ਮੈਂ ਜਾਣਾ ਪੰਡਿਤ ਹੋਇਆ, ਟਿਕੇ ਨਾ ਪੈਰ ਜ਼ਮੀਨ ਤੇ, ਮੇਰਾ ਉੱਚਾ ਹੋ ਤੁਰਿਆ। ਇੱਕ ਦਿਨ ਇੱਕ ਚਕੌਰ ਲੈ ਗਿਆ, ਗੁਸ਼ਲ ਮੋਹਰੇ ਤੁਰਿਆ, ਝੂਠ ਝੂਠ ਕਰ ਉਸੇ ਉਲਟਾਇਆ, ਖਾਲੀ ਸਾਰਾ ਕਰਿਆ, ਮਲ ਮਲ ਕੇ ਫਿਰ ਧੋਤਾ ਇਸ ਨੂੰ ਮੈਲ ਇਹਨੂੰ ਦੀ ਲਾਹੇ, ਵੇਖੋ ਇੱਕ ਚਕੌਰ ਲਿਸ਼ਕਿਆ, ਕਬਲ ਵਾਂਗ ਫਿਰ ਖੜਿਆ। ਗਿਆਨ ਦੀ ਗੱਲ ਗੁਰਮਤ ਵਿੱਚ ਇਹ ਹੈ, ਇੱਕ ਤੇ ਗਿਆਨ ਹੈ ਕਿ ਮੈਂ ਗਿਆਨ ਦਾ ਮਾਲਕ ਹਾਂ, ਮੈਨੂੰ ਇੰਨਾ ਕੁਛ ਯਾਦ ਹੈ, ਪਰ ਗੁਰਮਤ ਗਿਆਨ ਹੈ, ਅਸੀਂ ਇਸ ਦੀ ਸ਼ਰਨ ਵਿੱਚ ਆਉਣਾ ਹੈ, ਇਹ ਸਾਡਾ ਮਾਲਕ ਹੈ। ਸ਼ਬਦ ਦੇ ਮਾਲਕ ਨਹੀਂ ਬਣਨਾ, ਸ਼ਬਦ ਦੀ ਸ਼ਰਨ ਵਿੱਚ ਅਸੀਂ ਰਹਿਣਾ ਹੈ। ਹੇ ਸ਼ਬਦ ਗੁਰੂ ਕਿਰਪਾ ਕਰ, ਮੇਰੇ ਤੇ ਮੇਰੇ ਘਰ। ਮੈਨੂੰ ਯਾਦ ਆਉਂਦੀ ਗੱਲ ਲਖਨਊ ਤੋਂ ਇੱਕ ਸੱਜਣ ਆਇਆ, ਭਾਈ ਗੁਰਦਾਸ ਜੀ ਨੇ ਉਸਦਾ ਨਾਮ ਲਿਖਿਆ ਭਾਈ ਝੂਠ। ਕਹਿਣ ਲੱਗੇ ਸਤਿਗੁਰੂ ਸਿੱਖੀ ਕੀ ਹੈ, ਸਾਡੇ ਜੇ ਸ਼ਬਦਾਂ ਚ ਸਮਝਾਓ, ਕਿਉਂਕਿ ਮੈਂ ਪੜ੍ਹਿਆ ਲਿਖਿਆ ਜ਼ਿਆਦਾ ਨਹੀਂ। ਕਹਿਣ ਲੱਗੇ ਬੂਟਾ ਪੌਦਾ ਲੱਗਦਾ ਕਿੱਥੇ ਹੈ। ਕਹਿਣ ਲੱਗੇ ਸਿੱਖ ਦੇ ਗਿਰਦੇ ਚ, ਤੇਰੇ ਗਿਰਦੇ ਚ ਲਾਵਾਂ, ਇਸ ਦੀ ਜੜ ਕੀ ਹੈ। ਕਹਿਣ ਲੱਗੇ ਨਿਮਰਤਾ। ਕਹਿਣ ਲੱਗੇ ਕਰੂੰਗਾ, ਪਤੇ ਕਿਹੜੇ ਨਿਕਲਦੇ ਨੇ। ਕਹਿਣ ਲੱਗੇ ਸੰਗਤੀ ਜੇਵਾਂ, ਸੰਗਤ ਬਿਨਾਂ ਨਹੀਂ ਰਹਿ ਸਕਦਾ, ਇਸ ਦੀਆਂ ਟਾਹਣੀਆਂ ਕਿਹੜੀਆਂ ਨੇ। ਕਹਿਣ ਲੱਗੇ ਸੇਵਾ, ਤੇ ਇਸ ਨੂੰ ਫੁੱਲ ਕਿਹੜੇ ਪੈਂਦੇ ਨੇ। ਕਹਿਣ ਲੱਗੇ ਸ਼ਬਦ ਦੀ ਸੋਚ, ਉਹ ਬਖਸ਼ਿਸ਼ ਕਰਦਾ ਹੈ, ਸ਼ਬਦ ਦੀ ਸੋਚ ਬਖਸ਼ਦਾ ਹੈ। ਤੇ ਕਹਿਣ ਲੱਗੇ ਫਲ ਕੀ ਕਹਿੰਦਾ ਹੈ। ਕਹਿਣ ਲੱਗੇ ਦੇਹੀ ਚ ਵਧੇ, ਵਾਕਈ ਦੇਹੀ ਚ ਵਧੇ ਹੋ ਕੇ ਜਿੰਨਾ ਅੱਜ ਤੱਕ ਸੇਵਾਵਾਂ ਕੀਤੀਆਂ ਕੀਤੀਆਂ, ਇਹ ਅਸੀਂ ਗਿਆਨ ਇਸ ਢੰਗ ਨਾਲ ਵਿਚਾਰਦਾ ਹੈ। ਜਦੋਂ ਕਿਸੇ ਨੂੰ ਕਹਿਣਾ ਨਾ ਕੁਛ, ਹੇ ਦਾਤਿਆ ਪ੍ਰਭੂ ਮੇਰੇ ਤੇ ਕਿਰਪਾ ਕਰ, ਜੋ ਮੇਰੇ ਅਨੁਭਵ ਵਿੱਚ ਨਹੀਂ ਆਇਆ ਮੈਂ ਦੂਸਰੇ ਨੂੰ ਨਾ ਆਖਾਂ। ਪ੍ਰਭੂ ਮੈਂ ਮਨ ਪ੍ਰਬੋਧ ਹੈ ਆਪਣਾ, ਪਛੇ ਅਵਰੀ ਜਾ ਮੈਂ। ਦੂਸਰੀ ਗੱਲ, ਤੁਸੀਂ ਜੋ ਇੱਕ ਸਲੋਕ ਚੁਣਿਆ ਹੈ ਅੱਜ ਵਾਸਤੇ, ਮੈਂ ਸਮਝਦਾ ਕਿ ਸਤਿਗੁਰੂ ਨੇ ਕਿਰਪਾ ਕੀਤੀ ਤੁਹਾਡੇ ਤੇ, ਬਖਸ਼ਿਸ਼ ਕੀਤੀ ਹੈ। ਬਾਣੀ ਵਿੱਚ ਇੱਕ ਇੱਕ ਦੋ ਦੋ ਪੰਕਤੀਆਂ ਐਸੀਆਂ ਨੇ ਜੋ ਸਮੁੱਚੇ ਜੀਵਨ ਨੂੰ ਕਵਰ ਕਰਦੀਆਂ। ਧਿਆਨ ਨਾਲ ਕਿਤੇ ਬੰਦਾ ਉਸ ਗੱਲ ਨੂੰ ਸਮਝ ਲਏ। ਜੈਸੀ ਇੱਕ ਪੰਕਤੀ ਮੈਂ ਤੁਹਾਨੂੰ ਸੁਣਾਵਾਂ। ਪੈਰ ਵਿੱਚ ਪੈਸੇ, ਪੈਰ ਅੱਗੇ ਪੈਰ ਵਿੱਚ ਕਮਾਵੇ ਕਾਰ, ਇੱਥੇ ਸੁੱਖ ਵਡਿਆਈਆਂ ਦਰਗਹਿ ਮੋਖ ਦੁਆ। ਇਹਨਾਂ ਕੀ ਕਰ ਲੈ ਨਾ, ਜਿੱਥੇ ਬੈਠੇ ਰੱਬ ਦੇ ਪੈਰ ਵਿੱਚ ਬੈਠੇ, ਬੋਲੇ ਰੱਬ ਦੇ ਪੈਰ ਵਿੱਚ, ਵੇਖੇ ਰੱਬ ਦੇ ਪੈਰ ਵਿੱਚ, ਤੁਰੇ ਰੱਬ ਦੇ ਪੈਰ ਵਿੱਚ, ਰੱਬ ਦੇ ਪੈਰ ਵਿੱਚ ਤੁਰ ਪਈਏ, ਮਨ ਬਚ ਕਰਦੇ ਆਪਣੇ ਆਪ ਠੀਕ ਹੋ ਜਾਣਗੇ। ਇਨਸਾਨੀਅਤ ਆ ਜਾਏਗੀ, ਸਾਰਾ ਹੀ ਸਿਲਸਿਲਾ ਠੀਕ ਹੋ ਜਾਏਗਾ। ਇਹ ਸਲੋਕ ਦੱਖਣੇ ਸਲੋਕਾਂ ਵਿੱਚ ਹੈ, ਮਾਰੂ ਕੀ ਵਾਰ
ਸਹਿਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ। ਇਸ ਦੇ ਵਿੱਚ ਸਲੋਕ ਵੀ ਗੁਰੂ ਅਰਜਨ ਦੇਵ ਜੀ ਦੇ, ਇੱਕ ਵਾਰ ਹੋਰ ਧਿਆਨ ਨਾਲ ਪੜ੍ਹਨੀ, ਜੈ ਸ੍ਰੀ ਦੀਵਾ। ਉੱਥੇ ਪੌੜੀਆਂ ਤੇ ਦੋ ਦੋ ਸਲੋਕ ਉਹ ਸਾਰੇ ਗੁਰੂ ਅਰਜਨ ਦੇਵ ਜੀ ਦੇ, ਦੋ ਭਾਵ ਪੌੜੀ ਦਾ ਉਹ ਕੋਈ ਸਲੋਕਾਂ ਦਾ। ਫਰਕ ਇੰਨਾ ਕਿ ਪਹਿਲਾ ਸਲੋਕ ਜਿਹੜਾ ਜਿਵੇਂ ਸੰਸਕ੍ਰਿਤੀ ਤੁਸੀਂ ਸਲੋਕ ਪੜ੍ਹਦੇ ਹੋ ਉਸੇ ਤਰ੍ਹਾਂ ਤੇ ਗਿਆ। ਇੱਥੇ ਗੁਰੂ ਅਰਜਨ ਦੇਵ ਜੀ ਦੇ ਸਲੋਕ ਨੇ ਸੱਤਵੀਂ ਪੌੜੀ ਦੇ, ਤੇ ਪਹਿਲੇ ਤਿੰਨ ਸਲੋਕ ਨੇ ਉਹ ਤਿੰਨੇ ਗੁਰੂ ਅਰਜਨ ਦੇਵ ਜੀ ਦੇ ਨੇ। ਪਹਿਲਾ ਆ ਗਿਆ ਆਗਾਹਾਂ ਪੂਤਰਾਂ ਪਿੱਛਾ ਫੇਰ ਨਾ ਮੋਟਾ, ਨਾਨਕ ਸਹਿਜੇ ਵੇਹੀ ਬਾਰ ਬਹੁੜ ਨਾ ਹੋ ਗਈ ਜਨਮੜਾ। ਜਨਮੜਾ ਸ਼ਬਦ ਨੂੰ ਵੇਖੋ, ਸਾਜਨ ਅੜਾ ਜਾਨੀ ਅੜਾ, ਵਿਆਕਰਨੀਆਂ ਨੂੰ ਕਹਿੰਦੇ ਅਲਪਰਥ ਅਲਪਾਰਥਕ ਨਾ ਅਲਿਆ ਛੋਟਾ ਅਰਥ ਕਰਦੇ ਕੀ ਹੈ, ਬਲਕਿ ਗੱਲ ਹੋ ਰਹੀ ਨਹੀਂ ਕਹਿ ਸਕਦੇ ਚੰਗਾ ਜੰਮਿਆ ਜਾਂ ਬੁਰਾ ਜਨਮੇ ਉਸ ਵੇਲੇ ਨਹੀਂ, ਪਰ ਮਰਨ ਵੇਲੇ ਕੀ ਕੀਤਾ, ਸਵਾਸ ਛੱਡਿਆ। ਜਦੋਂ ਸਵਾਸ ਛੱਡਿਆ ਹਾਂ ਹੁਣ ਨਾਲ ਜੁੜ ਗਏ, ਕਹਿੰਦੇ ਫਲਾਣਾ ਮਰ ਗਿਆ, ਮਰਨ ਲੱਗਿਆ ਨਾਮ ਜੁੜ ਗਿਆ, ਮਰਨ ਲੱਗਿਆ ਇਹ ਵੀ ਕਹਿ ਦਿੱਤਾ ਕਿ ਭਲਾ ਮਰਿਆ ਜਾਂ ਬੁਰਾ ਮਰਿਆ, ਜਨਮ ਵੇਲੇ ਗੱਲ ਨਹੀਂ ਸੀ। ਗੁਰੂ ਸਾਹਿਬ ਜੀ ਨੇ ਜਿਹੜਾ ਜਨਮ ਦਾ ਸ਼ਬਦ ਵਰਤਿਆ ਨਾ ਕਿ ਫੇਰ ਜਨਮ ਨਾ ਹੋਵੇ, ਇਹ ਜਿਹੜਾ ਮੈਂ ਵਿਅਰਥ ਜਿਹਾ ਜਨਮ ਬੁਰਾ ਜਿਹਾ ਜਨਮ, ਇਹਨੇ ਬਤਾਇਆ ਇਹੋ ਜਿਹਾ ਜਨਮ ਫਿਰ ਨਾ ਹੋਵੇ। ਜਿੱਥੇ ਤੱਕ ਜਨਮ ਦੀ ਗੱਲ ਹੈ, ਗੁਰਮਤ ਇਹ ਨਹੀਂ ਮੰਨਦੇ ਕਿ ਜਨਮ ਤੋਂ ਸਿੱਖ ਛੁਟਕਾਰਾ ਚਾਹੁੰਦਾ। ਮੈਂ ਇੱਕ ਬਿਰਤ ਭਾਈ ਗੁਰਦਾਸ ਜੀ ਆਪ ਜੀ ਦੇ ਨਾਲ ਸਾਂਝਾ ਕਰ। ਭਾਈ ਗੁਰਦਾਸ ਜੀ ਉਹ ਮਹਾਨ ਗੁਰਸਿੱਖ ਪ੍ਰਚਾਰਕ ਹੋਏ ਨੇ, ਦੋ ਪੁਸਤਕਾਂ ਇਹਨਾਂ ਦੀਆਂ ਉਪਲਬਧ ਨੇ ਅੱਜ, ਇੱਕ ਤੇ 12 ਤੇ ਦੂਸਰੇ ਕਵਿਤ ਸਵਈਏ। ਕਵਿਤ ਸਵਈਆਂ ਦਾ ਲਿਖਣ ਦਾ ਢੰਗ ਕਿ ਤਿੰਨ ਪ੍ਰਮਾਣ ਭਾਈ ਸਾਹਿਬ ਦੇਦੇ ਨੇ, ਚੌਥੀ ਵਿੱਚ ਗੁਰਮਤਿ ਗੱਲ ਕਰਦੇ। ਪੌੜੀ ਵਿੱਚ ਇੰਜ ਹੈ ਕਿ ਜਿਹੜੀ ਆਖਰੀ ਅੱਧੀ ਲਾਈਨ ਹੈ ਨਾ, ਉਸ ਦੇ ਵਿੱਚ ਗੁਰਮਤ ਦਾ ਉਹਨਾਂ ਦੇ ਆਸ਼ੇ ਦਾ ਤਤਸਾਰ ਹੁੰਦਾ। ਬਸ ਮੈਂ ਇਹ ਸਮਝੋ, ਕਿਸਨੇ ਕਈ ਵਾਰੀ ਕੀਰਤਨ ਕਰਦੇ ਹਾਂ, ਇਹ ਪੰਕਤੀ ਦੀ ਟੇਕ ਲੈ ਲੈਂਦੇ ਨੇ, ਮਹੀਵਾਲ ਨੂੰ ਸੋਹਣੀ ਨੈ ਤਰਦੀ ਰਾਤੀ। ਮੈਂ ਕਈ ਵਾਰੀ ਕਿਹਾ ਭਲਿਓ ਲੋਕੋ ਇਹ ਨਾ ਕਿਹਾ ਕਰੋ, ਪੜ੍ਹਨਾ ਹੀ ਨਾ ਤੇ ਇਹ ਪੜ੍ਹਿਆ ਕਰੋ ਕਿ ਪੀਰ ਮੁਰੀਦਾ ਪਰਹੜੀ ਗਾਵਣ ਪ੍ਰਭਾਤੀ, ਵੀ ਸਿੱਖ ਜਿਹੜਾ ਹੈ ਉਹਦਾ ਪਿਆਰ ਕੀ ਹੈ, ਇਹ ਪਿਆਰ ਬਾਕੀ ਪਾਸੇ ਰਹਿ ਗਏ। ਇਹ ਹੈ ਕਿ ਪੀਰ ਮੁਰੀਦਾ ਪਰਹੜੀ ਗਾਵਣ ਪ੍ਰਭਾਤੀ। ਭਾਈ ਸਾਹਿਬ ਨੇ ਕਵਿਤ ਲਿਖਦਿਆਂ ਲਿਖਿਆ, ਸਤਿਗੁਰਾਂ ਨੇ ਜਦੋਂ ਸਰੀਰ ਛੱਡਣ ਲੱਗੇ ਤੇ ਕਹਿਣ ਲੱਗੇ ਭਾਈ ਜੀ ਮੁਕਤ ਕਰਦੇ ਹੀ ਨੇ, ਇਹ ਮੈਂ ਸਮਝਦਾ ਇਮਤਿਹਾਨ ਹੀ ਸੀ ਉਹਨਾਂ ਦਾ ਕਿ ਸਾਰੀ ਉਮਰ ਜੋ ਸਿੱਖ ਸਿਧਾਂਤਾਂ ਨੂੰ ਲਿਖਦਾ ਰਿਹਾ ਇਹ ਸੋਨਾ ਤਿੰਨਾ ਸ਼ੁੱਧ ਹੋ ਗਿਆ, ਮੁਕਤ ਕਰਦੇ ਹੀ ਭਾਈ ਪੜ੍ਹੋ। ਇੱਕ ਸ਼ਬਦ ਐਸਾ ਹੁੰਦਾ ਹੈ, ਜੋ ਤੁਮ ਮੋਕੋ ਮੁਕਤ ਕਰ ਦੋ ਤੋ ਤੁਮ ਮੁਕਤ ਬਤਾਓ, ਰਾਮ ਮੋਕੋ ਦੂਰ ਕਹਾਂ ਲੈ ਜਾਈਏ, ਮੈਨੂੰ ਆਪਣੇ ਤੋਂ ਦੂਰ ਕਿਉਂ ਕਰਨਾ ਹੈ ਕਿ ਮੁਕਤ ਕਰਦੇ ਹੋ ਕਿੱਥੇ ਭੇਜੋਗੇ।
ਉਹ ਕਹਿੰਦੇ ਨੇ ਮੈਨੂੰ ਮੁਕਤੀ ਦੇ ਕੇ ਦਾਸ ਕਬੀਰ ਤੇਰੀ ਪਨਾਹ ਸਮਾਗਾ, ਮੈਨੂੰ ਪਨਾਹ ਚ ਰੱਖ, ਆਪਣੇ ਕੋਲ ਰੱਖ, ਬਿਸ਼ਤ ਮੇਰੇ ਲਈ ਬਿਸ਼ਤ ਕੀ ਹੈ, ਨਜ਼ਦੀਕ ਰੱਖ ਰਿਹਾ ਮਨ ਮੈਨੂੰ ਆਪਣੇ ਨੇੜੇ ਰੱਖ, ਦੂਰ ਨਾ ਕਰੀ, ਤੇਰੇ ਤੋਂ ਦੂਰ ਜਿਹੜੀ ਮੁਕਤੀ ਆ ਮੈਨੂੰ ਕਬੂਲ ਨੇ, ਮੈਂ ਤੇਰੇ ਕੋਲ ਰਹਿਣਾ। ਭਾਈ ਸਾਹਿਬ ਜੀ ਕਹਿੰਦੇ ਨੇ ਮੁਕਤੀ ਕੀ ਹੁੰਦੀ, ਕਹਿੰਦੇ ਮੁਕਤ ਦਾਤ ਕਹਿਣ ਲੱਗੇ, ਖੁੱਲੇ ਸੇ ਬੰਧਨ ਵੇਖੇ, ਭਲੋ ਹੈ ਸੀ ਜਾਣੇ ਜਾਤੇ, ਜੀਵ ਕਾਤ ਕਰੇ ਨਾ ਬੇਕਾਰ ਹੋ ਆਪਣੇ, ਖੁੱਲੇ ਰਹਿਣ ਨਾਲੋਂ ਤੇ ਫਿਰ ਬਾਤ ਹੀ ਚੰਗਾ, ਜੇ ਖੁੱਲਾ ਮੌਕਾ ਤਾਂ ਜੀਵ ਘਾਤ ਨਾ ਕਰੇਗਾ, ਪਤਾ ਨਹੀਂ ਕਿੰਨੀਆਂ ਚਿੜੀਆਂ ਦਿਹਾੜੀ ਚ ਮਾਰੇਗਾ, ਕਿੰਨੇ ਕਬੂਤਰ ਮਾਰੇਗਾ, ਕਿੰਨੇ ਜਾਨਵਰ ਮਾਰੇਗਾ, ਇਹ ਬੱਚਾ ਹੀ ਚੰਗਾ। ਫਿਰ ਦੂਸਰਾ ਪ੍ਰਮਾਣ ਦਿੱਤਾ, ਖੁੱਲੇ ਸੇ ਬੰਧਨ ਵੇਖੇ ਚੱਕਈ ਭਲੀ ਸੋ ਜਾਂਦੇ, ਰਾਮ ਰੇਖ ਮੇਟ ਨਿਸਪ੍ਰਿਆ ਸੰਗ ਪਾਵੇ। ਖੁੱਲੇ ਰਹਿਣ ਨਾਲ ਤੇ ਚੱਕਵੀ ਚੱਕਵਾ ਕਿਤੇ ਪਿੰਜਰੇ ਚ ਬੰਦ ਕਰਦੇ ਹੋ, ਕੋਈ ਚੱਕਰ ਰਾਤ ਵਿਛੜਨਗੇ ਨਾ। ਹੁਣ ਰਾਤ ਵਿਛੜ ਕਿਉਂ ਜਾਂਦੇ ਨੇ, ਪੁਰਾਣਾ ਚੱਕਰ ਗਾਥਾਵਾਂ ਲਿਖਣ ਵਾਲੇ ਆ, ਗੁਸਾਈ ਤੁਲਸੀਦਾਸ ਨੇ ਵੀ ਲਿਖਿਆ, ਰਮਾਇਣ ਉਹਦੀ ਪੜ੍ਹ ਕੇ ਵੇਖਣਾ। ਸੀਤਾ ਨੂੰ ਰਮਨ ਲੈ ਗਿਆ ਉਠਾ ਕੇ, ਤੇ ਰਾਮ ਉਸ ਵੇਲੇ ਬਰਲਾਪ ਕਰਦਾ। ਸਤਿਗੁਰਾਂ ਨੇ ਜਿਹੜੀਆਂ ਲੰਬੀਆਂ ਕਥਾ ਸੰਗਤਾਂ ਬਿਲਕੁਲ ਸੰਖੇਪ ਕਰਕੇ ਇੱਕ ਪੰਕਤੀ ਹੀ ਲਿਖ ਦਿੱਤੀ, ਤੇ ਰੋਵੈ ਦਹਿਸ ਲੰਕ ਗਵਾਏ, ਜਿਨ ਸੀਤਾ ਆਂਦੀ ਦੌੜੂਆ। ਨਾਲ ਕਿਹਾ ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਇਆ, ਰਾਮ ਰੋਏ। ਰਮਾਇਣ ਦਾ ਮੈਂ ਅਧਿਐਨ ਕਰਦੇ ਹਾਂ, ਇੱਕ ਸ਼ਲੋਕ ਲੈ ਗਏ ਨਾ ਸਹਿਤ ਖੰਗ ਵਿੱਚ ਬ੍ਰਿੰਦਾ, ਮਾਨੋ ਮੋਰ ਕਰਤ ਹੈ ਨਿੰਦਾ, ਹਮੇ ਦੇਖ ਮੇਰੇ ਨਿਕਟ ਪਰਾਈ, ਮਿਰਗੀ ਕਹਿ ਤੁਮੇ ਬਹਿ ਨਾਈ, ਤੁਮੇ ਆਨੰਦ ਕਰੋ ਮਿਰਗ ਜਾਏ, ਕੰਚਨ ਮੇਰੇ ਖੋਜਣੇ ਆ। ਹਰੇ ਡਰ ਗਏ ਕਿਉਂਕਿ ਤੀਰ ਕਮਾਨ ਕੋਲ ਸਾ, ਉਹ ਕਹਿ ਲੈਗੇ ਡਰੋ ਨਾਈ ਘਰ ਨਹੀਂ, ਕਹਿਣਗੇ ਤੁਹਾਨੂੰ ਨਹੀਂ ਮਾਰਦੇ, ਮਗੋਲੀ ਹਰਨਾਂ ਨੂੰ ਨਹੀਂ ਮਾਰਦੇ, ਤੇ ਸੋਨੇ ਦੇ ਹਰਨਾਂ ਨੂੰ ਮਾਰਦੇ ਨੇ ਜਿਹਨਾਂ ਵਾਸਤੇ ਪਤਨੀ ਦਾ ਹਰਨ ਹੋ ਗਿਆ। ਕਹਿੰਦੇ ਨੇ ਲਛਮਣ ਸਾਡੀ ਨਿੰਦਾ ਹੋ, ਹਰਨ ਨਿੰਦਾ ਕਰ ਗਏ, ਅੱਗੇ ਹਾਥੀ ਆ ਗਏ। ਉਹ ਕਹਿਣ ਲੱਗਾ ਮੈਂ ਜਾਨਵਰ ਹੁੰਦਾ, ਪਤਨੀ ਨੂੰ ਕੱਲੀ ਛੱਡ ਕੇ ਨਹੀਂ ਜਾਂਦਾ, ਜੰਗਲ ਵਿੱਚ ਚੰਗਾ ਅਵਤਾਰ ਹੈ, ਪਤਨੀ ਕੱਲੀ ਛੱਡ ਕੇ ਸ਼ਿਕਾਰ ਚਲਾ ਗਈ, ਸੰਗ ਲਾਏ ਕਰਨੀ ਕਰ ਲਈ ਕਰਨੀ ਆਪਣੇ ਸੰਗ ਲਾਏ ਕਰਨੀ ਕਰ ਲਈ, ਮਾਨੋ ਹੋਏ ਸਿਕਾਮਣ ਦੇਹੀ, ਚੱਕੋ ਹੀ ਚੱਕਵਾ ਕੇ ਬਦਕਿਸਮਤੀ ਇਹ ਕਾਬੂ ਆ ਕੇ ਕਹਿ ਲਈ ਤੂੰ ਕਹਿੰਦਾ ਅਵਤਾਰ ਹੈ। ਰੋ ਰਿਹਾ ਕਹਿਣ ਲੱਗਾ ਅੱਛਾ ਮੈਂ ਤੇ ਰੋਇਆ, ਅੱਜ ਤੇਰੀ ਸੰਤਾਨ ਸਦਾ ਨਹੀਂ ਰੋਵੇਗੀ, ਰਾਤ ਤੁਸੀਂ ਇਕੱਠੇ ਨਹੀਂ ਰਹਿ ਸਕਦੇ। ਇਹ ਕਹਾਣੀ ਉਹਨਾਂ ਲਿਖੀ ਹੈ ਕਿ ਚੱਕਵੀ ਚੱਕਵਾ ਵਿਛੜ ਜਾਂਦੇ ਨੇ। ਭਾਈ ਕਬੀਰ ਸਾਹਿਬ ਜੀ ਨੇ ਉਹ ਬਚਨ ਕਿਹਾ, ਆਪਣੂੰ ਯਾਦ ਹੋਵੇਗਾ, ਕਬੀਰ ਚੱਕਈ ਜਿਉਂ ਨਿਸਬੇਸ਼ਰ ਹੈ, ਆਏ ਵੇਲੇ ਪ੍ਰਭਾਤ ਜੋ ਨਰ ਪਿਛਰ ਹੈ, ਰਾਮ ਤੇ ਨਾ ਦਿਨ ਮਿਲੇ ਨਾ ਰਾਤ। ਉਹਨਾਂ ਨੇ ਕਿਹਾ ਕਿ ਮੋਖ ਪਦ ਵੀ ਸੇ, ਉਹ ਕਹਿੰਦੇ ਨੇ ਤੈਸੇ ਚੱਕਵੀ ਚੱਕਵਾ ਜਿਹੜੇ ਨੇ ਇਹ ਬੱਧੇ ਚੰਗੇ ਨੇ, ਤੇ ਰਾਮ ਰੇਖ ਮੇਟ ਨਿਸਪ੍ਰਿਆ ਸੰਗ ਪਾਵਈ। ਅੱਗੇ ਕਿਹਾ ਮੋਖ ਪਦਵੀ ਸੇ ਤੈਸੇ ਮਾਨਸ ਜਨਮ ਪਦ, ਮਨੁੱਖਾ ਪਦਵੀ ਮਾਸਰ ਵਿੱਚ ਮੋਖ ਪਦਵੀ ਨਾਲ ਮਨੁੱਖਾ ਜਨਮ ਹੀ ਚੰਗਾ, ਪਰ ਚੰਗਾ ਤਾਂ ਹੈ ਗੁਰਮੁਖ ਹੋਏ ਸਾਧ ਸੰਗ ਪ੍ਰਭ ਤੇ ਆਵੇ।
ਮੈਂ ਸੋਸਾਇਟੀ ਦੇ ਮੀਰਾਂ ਨੂੰ ਕਹਾਂ, ਅਸੀਂ ਤਾਂ ਬੇਸ਼ੱਕ ਇੱਕ ਅਰਦਾਸ ਕਰੀਏ ਵਾਰ ਵਾਰ ਭੇਜ, ਪਰ ਸਾਨੂੰ ਸਿੱਖੀ ਬਣਾ, ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਥਾਂ ਥਾਂ ਭੇਜ, ਤੇਰਾ ਸਿੱਖ ਬਣਨ ਨਾਲੋਂ ਹੋਰ ਵੱਡੀ ਮੁਕਤੀ ਹੋਵੇ। ਵਾਕਈ ਕੁਛ ਆ ਕੇ ਵੀ ਨਹੀਂ ਆਉਂਦੇ, ਆਏ ਨੇ ਲੇਕਿਨ ਜਨਮ ਉਹਨਾਂ ਵਾਸਤੇ ਤੋਂ ਬਣੇ ਕੇ ਰੱਖੇ ਹਨ। ਕਰ ਜੋੜ ਨਾਨਕ ਦਾਨ ਮੰਗੇ ਜਨਮ ਮਰਨੇ ਮਾਰ ਲਿਓ। ਮੈਂ ਕੁਛ ਪੰਕਤੀਆਂ ਸੁਣਾਵਾਂ ਧੰਨ ਗੁਰੂ ਨਾਨਕ ਦੇਵ ਜੀ ਦੀਆਂ। ਜਨਮੇ ਕਾ ਫਲ ਕਿਆ ਗਣੇ, ਸਲੋਕ ਵਾਰਾਂ ਤੇ ਵਧੀਕ ਹੈਗਾ ਪਹਿਲਾ। ਮੈਂ ਜਨਮ ਦਾ ਕੀ ਫਲ ਕਹਿਣਾ ਕਿ ਕੀ ਫਲ ਮੈਨੂੰ ਮਿਲਿਆ। ਜਨਮੇ ਕਾ ਫਲ ਕਿਆ ਗਣੀ, ਜਾਂ ਹਰ ਭਗਤ ਨਾ ਫਾਓ, ਪਹਿਲਾ ਖਾਦਾ ਬਾਅਦ ਹੈ। ਜਿੰਨਾ ਮੈਂ ਪਹਿਨਿਆ ਸਾਰਾ ਵਿਅਰਥ, ਜਿੰਨਾ ਖਾ ਰਿਹਾ ਉਹ ਵੀ ਵਿਅਰਥ ਹੋਇਆ। ਤੇਲ ਫੂਕਿਆ ਗਿਆ, ਗੱਡੀ ਅੱਗੇ ਨਹੀਂ ਚੱਲੀ ਪਈ, ਤਾਂ ਹੀ ਉੱਥੇ ਗੜੀ ਦਾ ਟੈਂਕੀ ਚੋਂ ਵਗ ਗਿਆ ਸਾਰਾ ਦੇ ਵਿਅਰਥ ਹੈ। ਕੀ ਤੇਲ ਪਾਉਣ ਦਾ ਫਾਇਦਾ ਹੋਇਆ। ਪਹਿਲਾ ਖਾਦਾ ਬਾਅਦ ਹੈ, ਜਾਮਨ ਨਾਹੀ ਨਾਮ, ਵੇਖਣ ਸੁਣਨਾ ਝੂਠ ਹੈ, ਮੁੱਖ ਝੂਠਾ ਲਾਓ, ਨਾਨਕ ਸੱਚੇ ਨਾਮ ਮੈਨੂੰ ਹੋਰ ਆਉਣੇ ਆਓ ਜਾਓ। ਹਉਮੈ ਦਾ ਆਉਣਾ ਜਾਣਾ ਆਇਆ, ਦੁੱਖ ਪਾਇਆ, ਹਉਮੈ ਦੀਆਂ ਗੱਲਾਂ ਕੀਤੀਆਂ ਤੇ ਮਰ ਗਿਆ। ਸਿੱਧ ਗੋਸ਼ ਵਿੱਚੋਂ ਪ੍ਰਮਾਣ ਆਪਣੋ ਸੁਣਾਵਾਂ। ਸਿੱਧ ਪੁੱਛਦੇ ਨੇ ਕਿਤ ਕਿਤ ਬੇਤਰੇ ਜਗ ਉਪਜੈ ਪੁਰਖਾ, ਕਿਤ ਕਿਤ ਦੁੱਖ ਵਿਰਸ ਜਾਏ। ਸਿੱਧੀ ਨਾਲੇ ਜਗਤ ਪੈਦਾ ਹੁੰਦਾ ਤੇ ਦੁਖੀ ਕਿਉਂ ਹੁੰਦਾ ਤੇ ਮਰ ਕਿਉਂ ਜਾਂਦਾ? ਕਹਿਣ ਲੱਗੇ, ਹਉਮੈ ਵਿੱਚ ਜਗ ਉਪਜੈ ਪੁਰਖਾ, ਨਾਮ ਵਿਸਰਿਆ ਦੁੱਖ ਪਾ। ਹਉਮੈ ਵਿੱਚ ਪੈਦਾ ਹੋਇਆ, ਨਾਮ ਵਿਸਰ ਗਿਆ ਤੇ ਦੁੱਖ ਪਾਇਆ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਕੁਝ ਅਜਿਹਾ ਜਨਮ ਵਾਰ ਵਾਰ ਨਾ ਹੋਵੇ। ਅੱਗੇ ਦੀ ਗੱਲ ਕਰਕੇ ਅਸਲ ਜਨਮ ਕੀ ਹੈ? ਇਹ ਨਹੀਂ ਕਿ ਜਨਮਾਂ ਹੀ ਨਾ ਸਵਾਸ ਹੀ ਨਾ ਰੱਬ ਦੇਵੇ, ਸਰੀਰ ਹੀ ਨਾ ਦੇਵੇ, ਨਹੀਂ। ਜਿਹੜੀ ਗਲਤੀ ਇੱਕ ਵਾਰੀ ਕਰਦੇ, ਸਿਆਣਿਆਂ ਦਾ ਕਥਨ ਹੈ ਕਿ ਵੱਡੇ ਤੋਂ ਵੱਡਾ ਗਿਆਨਵਾਨ ਵੀ ਗਲਤੀ ਕਰਦਾ। ਇਹ ਪੰਕਤੀ ਤੁਹਾਨੂੰ ਸਭ ਨੂੰ ਯਾਦ ਹੋਵੇ ਕਿ ਭੁੱਲਣ ਦੇ ਅੰਦਰ ਸਭ ਕੋ ਸਾਬੇ ਬਹੁ ਵਚਨ ਹੈ। ਇੱਥੇ ਪੱਪੇ ਦੱਸਿਆ ਵੀ ਹੋਵੇ ਕਿ ਭੁੱਲਣ ਦੇ ਅੰਦਰ ਸਭ ਕੋ ਅਭੁੱਲ ਗੁਰੂ ਕਰਤਾ, ਗੁਰੂ ਤੇ ਕਰਤਾ, ਕਰਤਾ ਦਾ ਰੂਪ ਹੈ ਗੁਰੂ। ਇਹ ਨਹੀਂ ਭੁੱਲਦੇ ਬੰਦਾ ਭੁੱਲਦਾ, ਲੇਕਿਨ ਫਰਕ ਇਹਨਾਂ ਗਿਆਨਵਾਨ ਬੰਦਾ ਗਲਤੀ ਇੱਕ ਵਾਰੀ ਕਰਦਾ, ਉਹ ਗਲਤੀ ਦੂਜੀ ਵਾਰ ਨਹੀਂ ਕਰਦਾ। ਇੱਕ ਵਾਰੀ ਅਨੁਭਵ ਹੋ ਗਿਆ ਕਿ ਤਾਂਤਰਿਕ ਮਤ ਸਾਡੇ ਦੇਸ਼ ਵਿੱਚ ਬੜਾ ਚੱਲਿਆ। ਇਹ ਪਹਿਲੇ ਪਹਿਲੇ ਗੱਲ ਸੀ ਕਿ ਹਰ ਅੰਗਣ ਵਿੱਚੋਂ ਵੀ ਗੁਜ਼ਰ ਜਾਓ, ਤੁਹਾਡਾ ਅਨੁਭਵ ਹੋ ਜਾਏ ਦੁਬਾਰਾ ਨਾ ਕਰੋ। ਪਰ ਉਹਨਾਂ ਨੂੰ ਕੀ ਪਤਾ ਸੀ, ਉਹ ਆਦਤ ਬਣ ਗਈ। ਇੱਕ ਵਾਰੀ ਗੁਜ਼ਰੇ ਵਾਰ ਵਾਰ, ਫਿਰ ਉਹਨੂੰ ਛੱਡਣਾ ਬੜਾ ਮੁਸ਼ਕਲ ਹੋ ਗਿਆ। ਸਤਿਗੁਰੂ ਕਹਿੰਦੇ ਨੇ ਸੁਚੇਤ ਰਹੋ, ਜੇ ਸੇਵਾ ਕਰਨੀ ਹੈ ਤੇ ਸੁਚੇਤ ਹੋ। ਇੱਕ ਸ਼ਰਤ ਨਾਲ ਹੋਰ ਸੇਵ ਕੀਤੀ ਸੰਤੋਖੀ, ਜਿੰਨੀ ਸੱਚੋ ਸੱਚ ਤੇ ਆਇਆ। ਕਈ ਗੁਰਦੁਆਰੇ ਸੇਵਾ ਵੀ ਕਰ ਲਈ, ਬਾਹਰ ਜਾ ਕੇ ਝੂਠ ਵੀ ਬੋਲ ਲਿਆ, ਫਰੇਬ ਵੀ ਕਰ ਲਿਆ, ਕਿਸੇ ਦਾ ਹੱਕ ਵੀ ਖਾ ਲਿਆ, ਕਹਿ ਦੀ ਸੇਵਾ ਵੀ ਕਰਨੀ ਹੈ। ਕੋਈ ਗੱਲ ਨਹੀਂ,
ਅੰਮ੍ਰਿਤ ਵੇਲੇ ਉੱਠਦੇ ਹਾਂ, ਇਸ਼ਨਾਨ ਕਰਦੇ ਹਾਂ, ਪਾਣੀ ਪੜ੍ਹਦੇ ਹਾਂ ਤੇ ਥੋੜਾ ਦਾ ਦੱਬਾ ਲਾ ਲਿਆ ਤੇ ਹੋਇਆ ਕਿ ਸਤਿਗੁਰੂ ਬਖਸ਼ੇ ਕਿ ਮੈਂ ਐਸੀਆਂ ਗੱਲਾਂ ਆਪ ਸੁਣੀਆਂ ਜੇ। ਇੱਕ ਸੱਜਣ ਬੜਾ ਵਾਹਿਗੁਰੂ ਦਾ ਜਾਪ ਕਰਦੇ ਸਨ ਤੇ ਬਾਹਰ ਆ ਕੇ ਮੈਨੂੰ ਕਹਿੰਦੇ ਨੇ ਸੰਤ ਨੇ ਉਹਨਾਂ ਦੀ ਬੜੀ ਕਿਰਪਾ ਹੈ ਕੀ ਕਹਿਣ ਲੱਗਾ ਜਿੰਨੀ ਬੇਈਮਾਨੀ ਅਸੀਂ ਕਰਦੇ ਹਾਂ ਜੇ ਉਹ ਨਾ ਹੁੰਦੇ ਅੱਜ ਉਹ ਅਸੀਂ ਖੇਡੇ ਹੁੰਦੇ। ਇਹਦਾ ਭਾਵ ਬਖਸ਼ੀ ਜਾ ਰਹੇ ਨੇ ਨਾਲੋ ਨਾਲ ਅਸੀਂ ਜੋ ਮਰਜ਼ੀ ਕਰੀ ਜਾਈਏ ਉਹਨਾਂ ਕਿਹਾ ਨਹੀਂ ਪਹਿਲੀ ਸ਼ਰਤ ਸੇਵ ਕੀਤੀ ਸੰਤੋ ਕਈ ਜਿੰਨੀ ਸੱਚੋ ਸੱਚ ਦੇ ਆਏ ਨਾਲ ਸ਼ਰਤ ਹੈ ਕਿ ਉਹਨੀ ਮੰਦੇ ਪੈਰ ਨਾ ਰੱਖਿਓ ਕਰ ਸੋਕਰੇ ਧਰਮ ਕਮਾਇਆ ਉਹਨੀ ਦੁਨੀਆ ਤੋੜੇ ਬੰਧਨਾ ਅਨ ਪਾਣੀ ਥੋੜਾ ਖਾਇਆ ਪਿੱਛੇ ਮੋਢਾ ਨਾ ਮੋੜ। ਅਸਲ ਵਿੱਚ ਜਿਹੜੀਆਂ ਗਲਤੀਆਂ ਕਰਨਾ ਹੈ ਤੈਨੂੰ ਪਤਾ ਚੰਗੀ ਤਰ੍ਹਾਂ ਉਹਨਾਂ ਨੂੰ ਵਾਰਨਾ ਕਿਉਂ ਦੁਹਰਾਉਣਾ ਕਿਉਂ ਮੋਢਾ ਮੋੜਨਾ। ਪਰ ਮੈਂ ਇੱਕ ਬੇਨਤੀ ਕਰਾਂ ਕੁਛ ਜਾਨਵਰ ਐਸੇ ਨੇ ਜਿਹੜੇ ਸ਼ਿਕਾਰ ਹੁੰਦੇ ਤੇ ਕੁਛ ਐਸੇ ਨੇ ਜਿਹੜੇ ਸ਼ਿਕਾਰ ਕਰਦੇ। ਹਰਨ ਸ਼ਿਕਾਰ ਹੋ ਜਾਂਦਾ, ਖਰਗੋਸ਼ ਸ਼ਿਕਾਰ ਹੋ ਜਾਂਦਾ ਤੇ ਕੁੱਤੇ ਸ਼ਿਕਾਰ ਕਰ ਲੈਂਦੇ ਨੇ, ਸ਼ੇਰ ਸ਼ਿਕਾਰ ਕਰ ਲੈਂਦੇ ਨੇ। ਕੁਛ ਸ਼ਿਕਾਰ ਜਿਹੜੇ ਹੋਣ ਵਾਲੇ ਨੇ ਉਹਨਾਂ 'ਚ ਘਾਟ ਆ। ਮੈਂ ਵੇਖਿਆ ਕੁਮਾਰੀ ਆਪ ਦੇਖਿਆ ਸ਼ਿਕਾਰੀ ਉਹ ਖਰਗੋਸ਼ ਥੋੜਾ ਜਿਹਾ ਦੌੜੇ ਫਰਕ ਤੇ ਪੈ ਜਾਂਦੇ ਪਿੱਛੇ ਵੇਖੇ। ਹੁਣ ਪਿੱਛੇ ਵੇਖਦਿਆਂ ਨੂੰ ਆ ਕੇ ਉਹਨਾਂ ਨੇ ਮਾਰਦੇ ਹਰਨ ਦੌੜਦਾ ਤੇ ਹੈ ਫਿਰ ਪਿੱਛੇ ਵੇਖਦਾ, ਜਿਹੜਾ ਪਿੱਛੇ ਹੈ ਉਹ ਅੱਗੇ ਵੇਖਦਾ। ਉਹ ਪਿੱਛੇ ਨਹੀਂ ਉਹਨੂੰ ਫਲਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਪਿਛਲੀਆਂ ਗੱਲਾਂ ਜਿਹੜਾ ਬੰਦਾ ਧਿਆਨ ਚ ਲਿਆਉਂਦਾ ਨਾ ਮੈਂ ਦੇਖਿਆ ਪਿੱਛੇ ਹੀ ਵਾਰ ਵਾਰ ਵੇਖਣ ਵਾਲਾ ਰਹਿ ਜਾਂਦਾ। ਉਹ ਕਹਿੰਦੇ ਨੇ ਆ ਗਾ ਹਾਂ ਤੂੰ ਉਤਰਾ। ਇੱਕ ਜਰਨੈਲ ਦਾ ਨਾਮ ਸਾਰੀ ਦੁਨੀਆ ਜਾਣਦੀ ਹੈ, ਨਪੋਲੀਅਨ ਫਰਾਂਸ ਦਾ ਡਿਕਟੇਟਰ ਸੀ ਆਪ ਜਾਣਦੇ ਹੋ। ਕਮਾਲ ਗੱਲ ਮੈਂ ਇਸਦੇ ਬਾਰੇ ਪੜ੍ਹਿਆ ਕਿ ਬੰਦਾ ਸ਼ੇਰ ਨਾਲ ਲੜ ਲੈਂਦਾ ਸੀ, ਬਿੱਲੀ ਤੋਂ ਡਰਦਾ ਸੀ। ਕਮਾਲ ਗੱਲ ਮੈਂ ਪਹਿਲੇ ਮਨ ਸ਼ੰਕਾ ਆਇਆ ਹੋਇਆ ਉਹ ਹੋਇਆ ਐਸਾ। ਹੁਣ ਸ਼ੇਰ ਤੇ ਲੜਦਾ ਸਾਹਮਣੇ ਉਹ ਆਇਆ ਬਿੱਲੀ ਨਾ ਮਰਦ ਤਾਂ ਪਤਾ ਨਹੀਂ ਇੱਧਰ ਭੱਜ ਜਾਏ ਉੱਧਰ ਹੋ ਜਾਏ ਕਿੱਧਰੋਂ ਉਹ ਮੋਢਿਆਂ ਤੇ ਚੜ੍ਹ ਜਾਏ। ਇਸੀ ਛੇ ਮਹੀਨੇ ਦਾ ਛੇ ਮਹੀਨੇ ਦਾ ਸੀ ਬਿੱਲੀ ਚੜ੍ਹ ਕੇ ਉਹਨੇ ਨੌਂਦਰਾਂ ਮਾਰੀਆਂ। ਇੰਨਾ ਡਰਿਆ ਬਿੱਲੀ ਵੇਖ ਕੇ ਵੀ ਜਾਨ ਨਿਕਲ ਜਾਂਦੀ ਸੀ। ਲੈ ਸਨ ਇਹ ਆਇਆ ਸੀ ਇੰਗਲੈਂਡ ਵੱਲੋਂ ਲੜਨ ਵਾਸਤੇ ਇੰਦਰੋਂ ਨੂੰ ਬੋਲੀਆਂ। ਉਹਨੂੰ ਪਤਾ ਲੱਗਿਆ ਇਸਦੀ ਕਮਜ਼ੋਰੀ ਦਾ, ਇਹ ਪਿੱਛੇ ਦੇਖਦਾ ਬਿੱਲੀ ਉਹ ਬਿੱਲੀ ਯਾਦ ਕਰਦਾ ਇਹ ਬਿੱਲੀਆਂ ਤੋਂ ਡਰ ਟਰੱਕ ਭਰ ਕੇ ਬਿੱਲੀਆਂ ਦਾ ਲੈ ਰਿਹਾ। ਜਦੋਂ ਸਾਹਮਣੇ ਆਏ ਉਹਨੇ ਬਿੱਲੀਆਂ ਛੱਡ ਦਿੱਤੀਆਂ ਇਹ ਜਾਨ ਨਿਕਲ ਗਏ। ਸਾਡੇ ਵੀ ਇੰਜ ਹੋਇਆ ਸੁਣਿਆ ਕਿ ਗਊ ਮਾਤਾ ਹੋਣੀ ਭਾਵੇਂ ਮਰ ਜਾਓ ਪਰ ਇਹਨੂੰ ਪਾਸੇ ਨਹੀਂ ਕਰਨਾ। ਮੁਹੰਮਦ ਗੌਰੀ ਆਇਆ ਇਤਿਹਾਸ ਹੈ ਸਾਡਾ ਉਸਨੇ ਇਚਰਾ ਦੇ ਵਾਕੇ ਅੱਗੇ ਗਾਵਾਂ ਦੇ ਨਾਲ ਹੈ ਉਹ ਤੇ ਉੱਤੋਂ ਭਾਵੇਂ ਗਾਂ ਨੂੰ ਵੱਜੇ ਤੀਰ ਤੇ ਭਾਵੇਂ ਬੰਦੇ ਨੂੰ ਵੱਜੇ ਚਲਾਈ ਹੈ ਲੇਕਿਨ ਇਹ ਨਹੀਂ ਇਹ ਪਿੱਛੇ ਹੀ ਵੇਖਦੇ ਰਹਿ ਗਏ। ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਪਿੱਛੇ ਵੇਖ ਰਹੀ ਹੈ ਅਗਾਹਾਂ ਕੋਤਰਾਂ ਪਿੱਛਾ ਫੇਰ ਨਾ ਮੋਟੜਾ। ਜਨਮ ਜਿਹੜੇ ਹੋ ਗਏ ਅਸੀਂ ਪਿੱਛੇ ਯਾਦ ਕਰਦੇ ਬੜੀ ਮਨ ਚ ਲਾਲਸਾ ਸੈਂਕੜੇ ਹੁਣ ਗਿਆ ਨਹੀਂ ਕਿ ਪਿਛਲਾ ਜਨਮ ਹੁੰਦਾ ਆਖਿਆ ਤੁਸੀਂ ਕਿਹੜੇ ਚੱਕਰ ਪੈ ਗਏ ਹੋ ਹੁੰਦਾ ਬਾਣੀ ਦੇ ਪ੍ਰਮਾਣ ਦਿੰਦੇ ਨੇ। ਮੈਂ ਕਹਿੰਦਾ ਮੈਂ ਮੰਨਦਾ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਕੁਛ ਪ੍ਰਮਾਣ ਮੈਂ ਤੁਹਾਨੂੰ ਸੁਣਾ ਦਿਆਂ। ਵੈਸੇ ਅੱਜ ਕੱਲ੍ਹ ਕਾਮਰੇਡ ਖਿਆਲ ਦੇ ਜਿਹੜੇ ਬੰਦੇ ਨੇ ਸਾਡੇ 'ਚ ਵੀ ਵੱਧ ਗਏ ਪੜ੍ਹਾਉਣ ਵੀ ਲੱਗ ਪਏ ਸਾਡੇ ਬੱਚਿਆਂ ਨੂੰ
ਉਹਨਾਂ ਅਰਥੀ ਧਰ ਦਿੱਤੇ ਜਿਹੜੇ ਕਈਆਂ ਨੂੰ ਬਾਈ ਕੀਟ ਪਤੰਗ ਕਿ ਕਈ ਕੀੜਿਆਂ ਪਤੰਗਿਆਂ ਦੇ ਜਨਮ ਹੋ ਰਹੇ, ਇਸ ਤਰ੍ਹਾਂ ਦੇ ਅਰਥ ਤੇ ਬੰਦਾ ਜਿਹੜਾ ਇਹਦੇ ਨਾਲ ਕੋਈ ਤੁਲਕ ਨਹੀਂ ਇਸ ਗੱਲ ਦਾ, ਪਰ ਮੈਂ ਕੁਛ ਪ੍ਰਮਾਣ ਤੁਹਾਡੇ ਸਾਹਮਣੇ ਰੱਖਾਂ। ਉਹ ਇਹ ਹੈ ਕਿ ਤੇ ਰੁੱਖ ਬਿਰਖ ਹਮ ਚੀਨੇ, ਹੁਣ ਹਮ ਜਿੱਥੇ ਆ ਗਏ ਉੱਥੇ ਫਰਕ ਨਾ ਨਾ ਰਹਿ ਗਏ। ਕਿਤੇ ਰੁੱਖ ਬਿਰਖ ਹਮ ਚੀਨੇ, ਕਿਤੇ ਪਸ਼ੂ ਆਏ, ਕਿਤੇ ਨਾਗਕੁਲੀ ਮੈਂ ਆਏ, ਕਿਤੇ ਪੰਖਿਓੜਾ ਆਏ, ਹੱਟ ਪੱਟਣ ਬਿਲ ਮੰਦਿਰ ਬਣਨੇ ਕਰ ਚੋਰੀ ਘਰ ਆਵੇ, ਅੱਗੋਂ ਦੇਖ ਪਿੱਛੋਂ ਦੇਖ ਪੁਸ਼ਤੀ ਕਹਾਂ ਛੁਪਾਵੇ। ਹੋ ਸੋਣੋ ਅਸਥਾਵਰ ਗੌਰੀ ਕਬੀਰ, ਅਸਥਾਵਰ ਜੰਗਮ ਕੀਟ ਪਤੰਗਾ, ਅਸਥਾਵਰ ਜਿਹੜੇ ਰੁੱਖ ਨੇ ਥਾਂ ਦੇ ਟਿਕੇ ਜੰਗਮ ਤੋਂ ਸ਼ਰਮਾਲੇ, ਅਸਥਾਵਰ ਜੰਗਮ ਕੀਟ ਪਤੰਗਾ, ਅਨਕ ਜਨਮ ਕੀਨੇ ਬਹੁਰੰਗਾ, ਐਸੇ ਘਰ ਹਮ ਬਹੁਤ ਸਾਰੇ। ਕਈਆਂ ਖੁਰਲੀਆਂ ਦੇ ਅਸੀਂ ਸ਼ਿੰਗਾਰ ਬਣੇ, ਘੋੜੇ ਬਣ ਗਏ, ਕਈਆਂ ਥਾਵਾਂ ਤੇ ਗਾਵਾਂ ਮੱਝਾਂ ਬਣੇ ਰਹੇ, ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ। ਸਵਾਲ ਇੱਕ ਹੈ, ਦਸਮ ਪਾਤਸ਼ਾਹ ਦੇ ਵੀ ਪੜ੍ਹਨੇ ਆ, ਪਿਛਲੇ ਜਨਮ ਦੀ ਤੇ ਗੱਲ ਹੈ, ਦਸਮ ਗ੍ਰੰਥ ਵਿੱਚ ਵੀ ਹੈ, ਜਿਵੇਂ ਉਹ ਪੜ੍ਹਦੇ ਹੋ, ਅੰਮਾ ਆਪਣੀ ਕਥਾ ਹੁਕਮ ਤਪ ਸਾਧਿਆ ਵਿਧ ਮੋਇਆ ਨੂੰ ਹੇਮਕੁੰਟ ਪਰਬਤ ਹੈ ਤਾਂ, ਉੱਥੇ ਕਹਿੰਦੇ ਨੇ ਮੈਨੂੰ ਤਪ ਸਾਧਿਆ ਮੋਹੇ ਬੁਲਾਇਓ, ਹਿਮ ਕਹਿ ਕੇ ਲੋਕ ਪਠਾਇਓ, ਮੈਂ ਆਪਣਾ ਸਭ ਤੋਹੇ ਲਿਵਾਜਾ। ਮੁਸਲਮਾਨ ਤੇ ਯਹੂਦੀ, ਇਸਲਾਮ ਤੇ ਈਸਾਈ ਕੁਛ ਮਤ ਅੱਗੋਂ ਅਗਲਾ ਮਨ ਨਹੀਂ ਮੰਨਦੇ, ਪਿਛਲਾ ਵੀ ਨਹੀਂ ਮੰਨਦੇ, ਅਗਲਾ ਵੀ ਨਹੀਂ ਮੰਨਦੇ, ਲੇਕਿਨ ਮੰਨਦੇ ਉਹ ਕਹਿੰਦੇ ਨੇ ਕਿ ਇਹ ਤੇ ਅੰਧ ਵਿਸ਼ਵਾਸ ਹੈ। ਪਰ ਇੱਕ ਅੰਧ ਵਿਸ਼ਵਾਸ ਉਹ ਵੀ ਕਰਦੇ, ਉਹ ਪਤਾ ਕਿਹੜਾ, ਕਿ ਜਿਹੜੇ ਮੁਰਦੇ ਦਬਾਏ ਗਏ ਨੇ ਇਸੇ ਤਰ੍ਹਾਂ ਹੀ ਰਹਿਣਗੇ। ਹਾਲਾਂਕਿ ਗੁਰੂ ਸਾਹਿਬ ਨੇ ਸਾਫ਼ ਸਪਸ਼ਟ ਕਹਿ ਦਿੱਤਾ ਸੀ, ਕਹਿਣ ਲੱਗੇ ਫਿਰ ਇਹ ਤੁਹਾਡਾ ਅੰਧ ਵਿਸ਼ਵਾਸ ਕਿੱਧਰ ਗਿਆ? ਤੁਸੀਂ ਕਹਿੰਦੇ ਹੋ ਮੁਰਦੇ ਦਬੇ ਰਹਿਣਗੇ, ਇਸਲਾਮ ਨੂੰ ਮੈਂ ਪੜ੍ਹਿਆ, ਉਹਨਾਂ ਦੇ ਸਿਧਾਂਤ ਪੜ੍ਹੇ ਨੇ, ਕਹਿੰਦੇ ਨੇ ਹੋਏਗਾ ਕਿ ਇੱਕ ਦਿਨ ਸਾਰੇ ਮਰ ਜਾਣਗੇ, ਇੱਕ ਵੀ ਨਹੀਂ ਰਹੇਗਾ। ਇੱਕ ਫਰਿਸ਼ਤਾ ਹੈ, ਖੁਦਾ ਦੇ ਨਾਲ ਫਰਿਸ਼ਤੇ ਕੁਛ ਕਹੇ ਨੇ, ਇੱਕ ਹੈ ਕਰਾਮਨ ਜਿਹੜਾ ਸੱਜੇ ਹੱਥ ਨਾਲ ਲਿਖਦਾ ਹੈ ਬੰਦੇ ਨੇ ਕਿੰਨੇ ਚੰਗੇ ਕੰਮ ਕੀਤੇ, ਇੱਕ ਹੈ ਕਾਤਮੀਨ ਉਹ ਖੱਬੇ ਹੱਥ ਨਾਲ ਲਿਖਦਾ ਇਸਨੇ ਬੁਰੇ ਕੰਮ ਕਿੰਨੇ ਕੀਤੇ, ਇੱਕ ਮਹਿਕਾ ਇਹ ਹੈ ਉਹ ਰੋਜ਼ੀ ਵੰਡਦਾ, ਅਜ਼ਰਾਈਲ ਹੈ ਜਿਹੜਾ ਜਾਨ ਕੱਟ ਕੇ ਲਿਜਾਂਦਾ, ਇੱਕ ਜ਼ਬਰਾਈਲ ਹੈ ਉਹ ਰੱਬ ਦੀ ਵਹੀ ਬਲਵਾਨ ਹੈ ਜਿਹੜਾ ਲਿਆ ਕੇ ਪੈਗੰਬਰਾਂ ਨੂੰ ਦਿੰਦਾ, ਇਸੇ ਤਰ੍ਹਾਂ ਇੱਕ ਇਸਰਾਫੀਲ ਹੈ, ਇਸਰਾਫੀਲ ਕੋਲ ਇੱਕ ਵਾਜਾ ਕਿਆਮਤ ਵਾਲੇ ਦਿਨ ਆਏਗਾ, ਫੂਕ ਨਾਲ ਵਾਜਾ ਵਜਾਏਗਾ, ਕਬਰਾਂ ਫਟ ਜਾਣਗੇ, ਜਿੰਨੇ ਮੁਰਦੇ ਨੇ ਸਾਰੇ ਜੀ ਉੱਠਣਗੇ। ਉਹ ਸਰੀਰ ਤਾਂ ਰੱਖਦੇ ਨੇ ਕਿ ਉਸ ਦਿਨ ਜੀ ਉੱਠਣ ਭਰੇ ਲੋਕੋ, ਢਾਂਚਾ ਹੱਡੀਆਂ ਵੀ ਨਹੀਂ ਬਚਣੀਆਂ ਉਦੋਂ ਤੱਕ ਤੇ ਉਠਾਓਗੇ ਕਿਹਨੂੰ, ਅੰਧ ਵਿਸ਼ਵਾਸ ਨਹੀਂ ਤੇ ਹੋਰ ਤੁਹਾਡਾ ਕੀ ਹੋਇਆ। ਕਹਿੰਦੇ ਨੇ ਉੱਠਣਗੇ, ਫਿਰ ਇਹਨਾਂ ਦਾ ਹਿਸਾਬ ਹੋ, ਹਜ਼ਰਤ ਮੁਹੰਮਦ ਸਾਹਿਬ ਦੇ ਇਹਨਾਂ ਦੇ ਸਿਫਾਰਿਸ਼ ਕਰਨੇ ਉਹ ਬਹਿਸ਼ਤ ਨੂੰ, ਬਾਕੀ ਦੋਸਤ ਨੂੰ ਚਲੇ ਜਾਣਗੇ, ਫਿਰ ਉਸ ਤੋਂ ਬਾਅਦ ਸ੍ਰਿਸ਼ਟੀ ਖਤਮ ਹੋ ਜਾਏਗੀ, ਕੁਛ ਵੀ ਨਹੀਂ ਰਹੇਗਾ। ਗੁਰੂ ਸਾਹਿਬ ਨੇ ਕਹਿ ਦਿੱਤਾ ਸੀ ਕਬਰਸਤਾਨ ਦੀ ਮਿੱਟੀ ਕੋ ਘੁਮਿਆਰ ਲੈ ਲਏ ਔਰ ਲਿਆਉਂਦਾ ਮੈਂ ਦੇਖੇ,
ਪਾਣੀ ਮੇਰਾ ਤੇ ਕੁਛ ਸਪਸ਼ਟ ਹੋਏ ਜਦੋਂ ਅੱਖਾਂ ਨਾਲ ਵੇਖਿਆ ਬੂਟਾ ਘੁੰਮਿਆ ਸੀ ਮੈਂ ਉਹਨੂੰ ਕਿਹਾ ਮੁੰਡਿਆ ਕਬਰਾਂ ਕਿਉਂ ਘੁੱਟਣਾ ਕਹਿਣ ਲੱਗਿਆ ਗਿਆ ਨੀ ਵੀ ਕਿੰਨੀ ਚੀਕਲੀ ਮਿੱਟੀ ਵਧੀਆ ਇੱਥੋਂ ਨਿਕਲਦੀ ਹੈ ਨਾ ਇਹਦੇ ਬਣਾਏ ਘਰੇ ਭਾਂਡੇ ਟੁੱਟਦੇ ਨਹੀਂ ਛੇਤੀ ਕਿਉਂਕਿ ਉਹ ਬੰਦਿਆਂ ਦੀ ਚਿਣਾਈ ਸਾਰੀ ਉਹਦੇ ਵਿੱਚ ਸਮਾਈ ਹੋਈ ਹੈ ਮਿੱਟੀ ਮੁਸਲਮਾਨ ਦੀ ਪੇੜਾ ਪਈ ਘੁੰਮਿਆਰ ਘਰ ਭਾਂਡੇ ਇੱਟਾਂ ਦੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬੱਕੜੀ ਜਲ ਜਲ ਕਹਾਂਗਿਆ ਨਾਨਕ ਜਿਨ ਕਰਦੇ ਗਲਤ ਕੀ ਆ ਸੋ ਜਾਣਾ ਕਰਤਾ ਤੇ ਕਰਤਾਰ ਜਾਣਦਾ ਗਲਤੀ ਹੈ ਅਮਲਾਂ ਦੀ ਰਾਮ ਰਾਏ ਕਿਤੇ ਕਦੀ ਸਮਝ ਲੈਂਦੇ ਤਾਂ ਸਿਆਣਾ ਜੱਜ ਵੇਖਦਾ ਕੇਸ ਉਲਝਿਆ ਹੋਵੇ ਤੇ ਉਹ 150 ਸਾਲ ਦੇ ਪੁਰਾਣੇ ਕੱਢ ਲੈਂਦਾ ਐਸਾ ਕੇਸ ਕੋਈ ਪਹਿਲੇ ਹੋਇਆ ਹੋਵੇ ਕਿਸੇ ਜੱਜ ਨੇ ਕੀ ਫੈਸਲਾ ਕੀਤਾ ਸੀ ਉਹ ਇਤਿਹਾਸ ਹੀ ਵੇਖ ਲੈਂਦਾ ਗੁਰੂ ਨਾਨਕ ਦੇਵ ਜੀ ਨੇ ਮੱਕੇ ਕੀ ਆਖਿਆ ਸੀ ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾਂ ਬਾਝੋ ਦੋਨੋਂ ਰੋਈ ਹੁਣ ਇਹ ਉਹ ਕਹਿੰਦੇ ਨੇ ਬਾਅਦ ਵਿੱਚ ਉੱਠਣਗੇ ਲੇਕਿਨ ਆਪਣਾ ਕੰਮ ਕੋਈ ਨਹੀਂ ਮੈਂ ਆਪ ਨੂੰ ਬੇਨਤੀ ਕਰਾਂ ਇਹਨਾਂ ਵਿੱਚੋਂ ਹੀ ਕੋਈ ਸੂਫੀ ਫਕੀਰ ਹੋਏ ਸੂਫੀ ਫਕੀਰ ਉਹਨਾਂ ਨੂੰ ਮਾਰ ਵੀ ਦਿੱਤਾ ਅੱਗੇ ਜਿਵੇਂ ਸੁੰਨੀ ਸ਼ੀਆ ਦਾ ਅੱਜ ਝਗੜਾ ਉਹ ਨਮਾਜ਼ ਪੜ੍ਹਦੇ ਨੇ ਤੇ ਬੰਬ ਬਲਾਸਟ ਹੋ ਜਾਂਦਾ ਸੈਂਕੜੇ ਬੰਦੇ ਉੱਡ ਜਾਂਦੇ ਐਨ ਉਹ ਵੀ ਮੁਸਲਮਾਨ ਸੁੰਨੀ ਸ਼ੀਆ ਹਨਫੀ ਵਹਾਫੀ ਇਹ ਚਾਰ ਮਜ਼ਹਬ ਇਹਨਾਂ ਦੇ ਇਸੇ ਤਰ੍ਹਾਂ ਵਿੱਚ ਉਹਨੇ ਸੂਫੀ ਸੂਫੀ ਇੱਕ ਗੱਲ ਮੰਨਦੇ ਨੇ ਉਹ ਕਹਿੰਦੇ ਨੇ ਮੈਂ ਮੰਨਦਾ ਇੱਕ ਹੋਇਆ ਸ਼ਮਸ ਤਬਰੇਜ਼ ਇਹਨੂੰ ਮੁਲਤਾਨ ਮਾਰ ਦਿੱਤਾ ਗਿਆ ਫਿਰ ਨਾਲ ਹੀ ਇਹਦੀ ਕਬਰ ਵੀ ਬਣ ਗਈ ਔਰ ਪੂਜਾ ਵੀ ਸ਼ੁਰੂ ਹੋ ਗਈ ਮੈਂ ਇੱਕ ਸ਼ੇਰ ਸਿਰਫ ਇਸ ਦਾ ਸੁਣਾਵਾਂਗਾ ਤਬਰੇਜ਼ੀ ਇਸ ਦੀ ਬੁੱਕ ਹੈ ਔਰ ਫਾਰਸੀ ਦੇ ਵਿੱਚ ਹੈ ਕੱਲ੍ਹ ਉਹਨੇ ਕਹੀ ਹੈ ਮੈਂ ਵਾਰ ਵਾਰ ਜਨਮ ਲੈ ਰਹੀ ਇਹ ਤਾਂ ਬਾਬਾ ਆਵਾਗਮਨ ਨੂੰ ਮੰਨਦਾ ਪਿਆ ਪਰ ਮੈਂ ਤਾਂ ਲੈ ਰਿਹਾ ਕਿ ਬਹੁਤ ਨਾ ਹੋਵੇ ਜਨਮ ਦਾ ਜਿਸ ਨੂੰ ਅਸੀਂ ਵਿਚਾਰ ਰਹੇ ਹਾਂ ਕਿ ਜਨਮ ਠੀਕ ਹੋ ਜਾਵੇ ਮੈਂ ਵਾਰ ਵਾਰ ਜਨਮ ਲੈਣਾ ਪਿਆ ਵੀ ਮੇਰਾ ਮਹਿਮਾਨ ਬਣ ਕੇ ਪ੍ਰਾਹੁਣਾ ਬਣ ਕੇ ਵਾਰ ਵਾਰ ਉਹਨੂੰ ਕਹਿੰਦਾ ਪ੍ਰਾਹੁਣਾ ਬਣ ਕੇ ਆ ਇਕੱਠੇ ਬੈਠ ਕੇ ਦੋ ਵੱਡਾ ਕਰਾਂਗੇ ਤੂੰ ਹੋਵੇਂ ਤੇ ਮੈਂ ਹੋਵਾਂ ਤੀਸਰਾ ਕੋਈ ਨਾ ਹੋਵੇ ਇਹਨੂੰ ਮਾਰ ਦਿੱਤਾ ਗਿਆ ਸੀ ਉਹ ਕਹਿੰਦਾ ਹਰ ਕੇ ਜੁੱਤ ਦਿਲ ਬਰ ਪਵਦਿਆ ਸ਼ਹਿਰ ਦਿਲ ਬੇਰੂਪਣ ਜਦੋਂ ਤੱਕ ਮੈਂ ਬੇਗਾਨਿਆਂ ਨੂੰ ਅੰਦਰੋਂ ਨਹੀਂ ਕੱਢ ਦਿੰਦਾ ਆਪਣਾ ਕਿਵੇਂ ਆਵੇ ਇਹਦਾ ਭਾਵ ਇਹ ਹੈ ਤੇ ਰੱਬ ਦਾ ਭਾਵ ਮੈਨੂੰ ਭਾਈ ਨੰਦ ਲਾਲ ਜੀ ਦੀ ਯਾਦ ਆ ਗਈ ਉਹ ਕਹਿੰਦੇ ਨੇ ਨਾ ਦੇ ਨਸਤਮ ਮਨ ਅਦ ਰੋਜ਼ੇ ਅਦਲੇ ਨਕਸ਼ ਆਤਮ ਰਾ ਪਹਿਲਾਂ ਤੋਂ ਮੈਂ ਸਰੀਰ ਬਾਰੇ ਨਹੀਂ ਸਮਝਿਆ ਮਨ ਉਤਰ ਦਾ ਪਹਿਲਾ ਮਾਸ ਚਮਦਾ ਤੇ ਬਣਿਆ ਹੋਇਆ ਇੰਨਾ ਹੀ ਸਮਝਦਾ ਸਾਂ ਪਰ ਗੁਰੂ ਗੋਬਿੰਦ ਸਿੰਘ ਦੀ ਸ਼ਬਦ ਵਿੱਚ ਆ ਕੇ ਮੈਨੂੰ ਗਿਆਨ ਹੋ ਜਾਏਗਾ ਮਨ ਅਜਲ ਰੋਜ਼ੇ ਅਜਲ ਨੰਦ ਨਸਤ ਮਨ ਅਜਲ ਰੋਜ਼ੇ ਅਜਲ ਹੀ ਨਕਸ਼ੇ ਆਦਮ ਰਹਿ ਕੇ ਨਕਾਸ਼ ਅਦਬਰ ਆਏ ਮੰਦ ਨੇ ਖੁਦ ਕਾਨਾ ਮੇ ਸਾਜਤ ਨਕਾਸ਼ ਨੇ ਪਰਮਾਤਮਾ ਨੇ ਆਪਣੇ ਰਹਿਣ ਲਈ ਇਹ ਘਰ ਬਣਾਇਆ ਜਿਹੜਾ ਕਹਿ ਸ਼ਬਦ ਪੜ੍ਹਨਾ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ ਜਪ ਮਨ ਗੋਬਿੰਦ ਇੱਕ ਹੈ ਅਵਰ ਨਹੀਂ ਕੋ ਲੇਖਿਆ ਸੰਤ ਲਾਗ ਮਨੇ ਛਾੜ ਦੁਬਦਾ ਕੀ ਕੁਰੀਆ ਇੱਥੇ ਕਿਹਾ ਅੰਮ੍ਰਿਤ ਕੋਠੋਰੀਆ
ਪਿੰਨ 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 ਕਰੀਆ ਨਿਜ ਮੰਦਰ ਕਰੀਆ ਦੀ ਕੋਠੜੀਆਂ ਜੋ ਵੱਖ ਵੱਖ ਬਣਾਈਆਂ ਇਹਦੇ ਵਿੱਚ ਪਿਆਰੇ ਦਾ ਘਰ ਹੈ। ਉਹ ਕਹਿੰਦਾ ਪਿਆਰੇ ਦਾ ਘਰ ਕਿਵੇਂ ਬਣ? ਬਸ ਅਸੀਂ ਇਹ ਦੇਖਣਾ ਸਾਡਾ ਸਰੀਰ ਹੀ ਨਹੀਂ ਹਰ ਇੱਕ ਮਨੁੱਖ ਦਾ ਸਰੀਰ ਰੱਬ ਦਾ ਘਰ ਕਿਵੇਂ ਬਣੇ। ਇਹ ਬਣਿਆ ਪਏ ਕਾਮ ਕ੍ਰੋਧ ਦਾ ਘਰ, ਇਹ ਬਣਿਆ ਵਿਕਾਰਾਂ ਦਾ ਘਰ। ਜੇ ਕਾਮ ਕ੍ਰੋਧ ਦਾ ਘਰ ਹਉਮੈ ਦਾ ਘਰ ਬਣਿਆ ਰਿਹਾ ਜਦ ਕੋਈ ਸ਼ਾਂਤੀ ਨਹੀਂ ਬਣ ਸਕਦੀ ਬਿਲਕੁਲ, ਕਿਉਂਕਿ ਦੋ ਤਰ੍ਹਾਂ ਦੇ ਜੀਵਨ ਨੇ, ਦੋ ਪ੍ਰਕਾਰ ਨੇ ਢੰਗ, ਦੋ ਨੇ ਜੀਵਨ ਜਿਉਣ ਦੇ। ਮਤਲਬ ਤੁਹਾਡੇ ਸਾਹਮਣੇ ਰੱਖਦੇ ਹਾਂ ਅੱਜ ਜਿਹੜੇ ਸ਼ਬਦ ਨੂੰ ਵਿਚਾਰ ਰਹੇ ਜ਼ਰਾ ਹੋਰ ਸਪਸ਼ਟ ਹੋ ਜਾਓ ਕਿ ਅਸੀਂ ਆਪਣੇ ਤੋਂ ਸ਼ੁਰੂ ਕਰੀਏ ਧਿਆਨ ਨਾਲ ਦੇਖੀਏ ਜੀਵਨ ਜੀਣ ਦੇ ਦੋ ਟਾਂਗੇ ਨੇ, ਇੱਕ ਹੈ ਹਉਮੈ ਤੇ ਆਧਾਰਿਤ, ਇੱਕ ਹੈ ਪ੍ਰੇਮ ਤੇ। ਜਿਹੜਾ ਹਉਮੈ ਤੇ ਆਧਾਰਿਤ ਹੈ ਨਾ ਉਹ ਤੇ ਚਾਹੇਗਾ ਕਿਸੇ ਤਰ੍ਹਾਂ ਵੀ ਹੋਵੇ ਸੰਚਨ ਕਰਾਂ, ਇਕੱਠਾ ਕਰਾਂ, ਜਿੰਨੀ ਸ਼ਕਤੀ ਮੇਰੇ ਕੋਲ ਹੋਵੇਗੀ ਓਨਾ ਹੀ ਮੈਂ ਸੰਸਾਰ ਵਿੱਚ ਮਾਣ ਪਾਵਾਂਗਾ ਔਰ ਸੁਖੀ ਵੀ ਰਹਾਂਗਾ। ਇਕੱਠਾ ਕਰਾਂ, ਹੰਕਾਰ ਅਸਲ ਵਿੱਚ ਖੜਾ ਹੀ ਹੈ ਸੰਚਨ ਕਰਨ ਤੇ। ਇਸੇ ਵਾਸਤੇ ਕੁਛ ਬੰਦੇ ਲੱਭਦੇ ਨੇ ਸ਼ਾਂਤੀ, ਕੁਛ ਲੱਭਦੇ ਨੇ ਸ਼ਕਤੀ। ਅੱਜ ਸ਼ਕਤੀ ਦੀ ਖੋਜ ਤੇ ਆ ਕਰ ਮੈਂ ਦੇਖਿਆ ਨਾ ਧਰਮ ਦਾ ਲੈਣਗੇ ਕਰਨਗੇ ਸ਼ਕਤੀ ਇਕੱਠੀ, ਨਾ ਰੱਬ ਦਾ ਲੈਣਗੇ ਲੇਕਿਨ ਕਾਬੂ ਸ਼ਕਤੀ ਕਿਵੇਂ ਆ ਜਾਏ। ਸ਼ਕਤੀ ਦੀ ਖੋਜ ਆ, ਬੰਦੇ ਦੀ ਤੇ ਕਦਰ ਕੀਮਤ ਹੀ ਕਹੂਗੀ। ਮੈਂ ਕਿ ਛੋਟੀ ਜਿਹੀ ਘਟਨਾ ਤੁਹਾਨੂੰ ਸੁਣਾ। ਇੱਕ ਵਾਰ ਐਸਾ ਹੋਇਆ ਮੈਂ ਪੜ੍ਹਿਆ ਕਿ ਮੇਲਾ ਲੱਗਾ ਸੀ ਕਿਤੇ ਤੇ ਵਿੱਚ ਇੱਕ ਖੂਹ ਸੀ ਤੇ ਖੂਹ ਦੇ ਵਿੱਚ ਬੰਦਾ ਗਿਆ, ਇੱਕ ਸਾਧੂ ਵੀ ਆ ਗਿਆ, ਸਾਧੂ ਲੰਬੋਟੀ ਮਾਰਾ ਤੇ ਚਲੋ ਸਮਾਧੀ ਲਾਈਏ ਤੇ ਲਾਈਏ ਮੇਲੇ ਵਿੱਚ, ਸਮਾਧੀਆਂ ਲਾਉਣੀਆਂ ਵੀ ਮੇਲੇ ਚ ਹੀ ਤੇ ਲੋਕੀ ਛੱਡ ਕੇ ਵੀ ਸਮਾਜ ਨੂੰ ਨਹੀਂ ਛੱਡ ਸਕਦੇ। ਅਸੀਂ ਹਾਟੀ ਬਾਟੀ ਰਹੇ ਲਹਿਰਾਦੇ ਸਿੱਧ ਗੋਸ਼ ਇਹ ਅਸੀਂ ਰਸਤਿਆਂ ਤੋਂ ਹੱਡੀਆਂ ਤੋਂ ਪਾਸੇ ਹੀ ਰਹਿੰਦੇ ਹਾਂ ਕਿ ਕੋਈ ਬੰਦਾ ਨਾ ਮੱਥੇ ਲੱਗੇ। ਹਾਟੀ ਬਾਟੀ ਰਹੇ ਨਿਰਾਲੇ ਰੂਪ ਬਿਲਕੁਲ ਆਨੇ, ਕੰਧ ਮੋਲਿਆ ਹਰ ਖਾਈਏ ਉਹਦੂ ਬੋਲੇ ਗਿਆਨੇ, ਤੀਰਥ ਨਹਾਈਏ ਸੁੱਖ ਫਲ ਪਾਈਏ। ਯੋਗੀਆਂ ਕਿਹਾ ਸੀ ਅਸੀਂ ਲੋਕਾਂ ਨੂੰ ਲਿਜਾ ਕੇ ਪੈਸੇ ਇਕੱਠੇ ਕਰਨੇ ਉਹਨੇ ਬੱਸਾਂ ਤੇ ਲਿਖਦੇ ਪਏ ਤੀਰਥ ਨਹਾਈਏ ਸੁੱਖ ਫਲ ਪਾਈਏ, ਬੱਸਾਂ ਤੇ ਲਿਖੇ ਆ ਆਓ ਤੀਰਥ ਯਾਤਰਾ ਕਰਵਾਈਏ, ਤੀਰਥ ਨਹਾਈਏ ਸੁਖ ਪਰ ਪਾਈਏ, ਬੈਲ ਨਾ ਲੈ ਕੇ ਪਾਈ ਹੋਰ ਹਕੂਤ ਲੋਹਾਰੀ ਪਾ ਬੋਲੇ ਜੋਗ ਜੁਗ ਦਿਨ ਸਾਰੇ। ਸਤਿਗੁਰੂ ਕਹਿਣ ਕੇ ਜਾਓ ਹਾਟੀ ਪਾਟੀ ਜਾਓ, ਹਾਟੀ ਪਾਟੀ ਨੀਂਦ ਨਾ ਆਵੇ ਸੋਣਾ ਜਾਇਓ, ਸੁਚੇਤ ਹੋ ਕੇ ਰਹੋ, ਰਹੋ ਸਮਾਜ ਦੇ ਵਿੱਚ ਪਰ ਕਰ ਚੇਤ ਨਾ ਡੋਲਾ। ਕੰਮ ਇਹ ਕਰਨ ਵਾਲਾ ਉਹ ਬੰਦਾ ਵਿੱਚ ਗਿਰਿਆ ਸੀ, ਸਾਧੂ ਆ ਗਿਆ, ਉਹਨੇ ਕਿਹਾ ਕੌਣ ਹੈ ਅੱਜ ਮੈਨੂੰ ਵਾਹ। ਕਹਿਣ ਲੱਗਾ ਭਾਈ ਤੂੰ ਕਿਸੇ ਨੂੰ ਸੁੱਟਿਆ ਤੇ ਤੂੰ ਕਿਹਾ ਤਾਂ ਕਿ ਕਰਮ ਫਲ ਤੂੰ ਮਰ ਜਾ ਸ਼ਾਂਤੀ ਨਾਲ ਤਾਂ ਕਿ ਮੁਕਤ ਹੋ ਜਾਵੇ। ਜੇ ਮੁਕਤ ਹੋਣਾ ਹੀ ਤੇ ਮਰ ਜਾ। ਤੇ ਕਹਿਣ ਲੱਗਾ ਜੀ ਮਰਿਆ ਨੀ ਜੇ ਮੈਂ ਜਿਉਂਦਾ ਮੈਨੂੰ ਬਾਹਰ ਕੱਢੋ। ਕਹਿਣ ਲੱਗਾ ਤੈਨੂੰ ਕੱਢਾ ਤੇ ਕਰਮ ਫਲ ਫਿਰ ਮੈਂ ਜੀਤਾ ਹੁੰਦਾ ਮੇਰੇ ਜਨਮ ਵਿੱਚ, ਫਿਰ ਤੂੰ ਮੈਨੂੰ ਕੱਢੇਗਾ ਫਿਰ ਤੈਨੂੰ ਅਸੀਂ ਤੇ ਮੁਕਤ ਹੋ ਹੀ ਨਹੀਂ ਸਕਦੇ, ਮੁਕਤ ਨਹੀਂ ਹੋ ਸਕਦੇ ਇਸ ਲਈ ਤੂੰ ਮਰ ਜਾ। ਕਹਿਣ ਲੱਗਾ ਦੁਸ਼ਟਾ ਤੂੰ ਸਮਾਧੀ ਨਹੀਂ ਲਾਉਣ ਦੇ। ਉਹ ਤੇ ਗਿਆ ਅੱਗੇ ਮਗਰ ਨੂੰ ਲੀਡਰ ਹੋ ਰਹੀ ਆ ਗਿਆ ਨੇਤਾ ਜੀ, ਉਹਨੇ ਕਿਹਾ ਬਾਹਰ ਕੱਢੋ। ਕਹਿਣ ਲੱਗਾ ਮਾਨ ਤੁਹਾਡਾ
ਜਿਨ੍ਹਾਂ ਨੇ ਠੀਕ ਪਾਣਾ ਨਹੀਂ ਬਣਾਈਆਂ ਡਿੱਗਣ ਤਾਂ ਮੈਂ ਅੰਦੋਲਨ ਚਲਾਉਣਾ ਜਾ ਕੇ ਇੱਕ ਬੰਦਾ ਮਰ ਗਿਆ ਕਹਿਣ ਲੱਗਾ ਅੰਦੋਲਨ ਫਿਰ ਚਲਾਇਓ ਮੈਨੂੰ ਕੱਢੋ ਮੈਂ ਅਜੇ ਠੀਕ ਹਾਂ ਕਹਿਣ ਲੱਗਾ ਨਾ ਬੰਦਾ ਨਾ ਮਰੇ ਤੇ ਅੰਦੋਲਨ ਕਿਵੇਂ ਚੱਲੇ ਤੇ ਚਲੇਗਾ ਤਾਂ ਕਭੀ ਮਸਜਿਦ ਕੇ ਸਾਹਮਣੇ ਗਾਣੇ ਪਰ ਵੀ ਝਗੜਾ ਚਾਹੀਏ ਕਭੀ ਕੌਮੀ ਤਰਾਨੇ ਪਰ ਵੀ ਝਗੜਾ ਚਾਹੀਏ ਕਭੀ ਕੌਂਸਲ ਗਾਣੇ ਪਰ ਵੀ ਝਗੜਾ ਚਾਹੀਏ ਕਭੀ ਸੇਵਾ ਖਾਨੇ ਪਰ ਵੀ ਝਗੜਾ ਚਾਹੀਏ ਲੀਡਰ ਬਣ ਕੇ ਸੋ ਰਹੇ ਤਾਂ ਲੀਡਰੀ ਕਿਸ ਨਾਮ ਕੀ ਅਮਨ ਕਾਇਮ ਹੋ ਗਿਆ ਤਾਂ ਲੀਡਰੀ ਬਸ ਨਾਮ ਕੀ ਇਹ ਤੇ ਹਿਲਜੁਲ ਚੱਲਦੀ ਰਹਿ ਬੰਦੇ ਦੀ ਕੀਮਤ ਕਿਸ ਤੋਂ ਹੈ ਸਤਿਗੁਰੂ ਪਾਤਸ਼ਾਹ ਨੇ ਕਿਹਾ ਜੇਕਰ ਪ੍ਰੇਮ ਕੇਂਦਰ ਹੋ ਜੇ ਹੰਕਾਰ ਕੇਂਦਰ ਫਰਕ ਕੋਈ ਨਹੀਂ ਪੈਂਦਾ ਧਨ ਇਕੱਠਾ ਕਰਨ ਲਈ ਜਿੰਨੇ ਬੰਦੇ ਇਕੱਠੇ ਜਾਂਦੇ ਨੇ ਇਕੱਠੇ ਜਾ ਜ਼ਮੀਨੇ ਇਕੱਠੇ ਕਰਨੀ ਹੈ ਧਨ ਇਕੱਠਾ ਕਰਨਾ ਹੈ ਸ਼ਕਤੀ ਇਕੱਠੀ ਕਰਨੀ ਹੈ ਮੈਂ ਸਭ ਤੋਂ ਵੱਡਾ ਹੋਵਾਂ ਤੇ ਜੇ ਜੀਵਨ ਦਾ ਕੇਂਦਰ ਪ੍ਰੇਮ ਹੈ ਉੱਥੇ ਫਿਰ ਵੱਡਣਾ ਜਾਣਦਾ ਉਹ ਜੋ ਕੋਲ ਹੈ ਉਹ ਵੀ ਵੰਡ ਦੇਵੇਗਾ ਵਰਤਾ ਦੇਵੇਗਾ ਉਹ ਕਹਿੰਦਾ ਸਵਾਲ ਇਹ ਨਹੀਂ ਮੈਂ ਵੱਡਾ ਕਿਉਂ ਹੈ ਸਵਾਲ ਹੈ ਬੰਦਾ ਸੁਖੀ ਕਿਵੇਂ ਰੱਖੇ ਤਾਂ ਗੁਰੂ ਨਾਨਕ ਦੇਵ ਜੀ ਨੇ ਇਹੋ ਕਿਹਾ ਤੇਰੇ ਦੁੱਖ ਦਾ ਕਾਰਨ ਕੇਵਲ ਤੇਰੀ ਹਉਮੈ ਹੈ ਪਰ ਬੰਦਾ ਹਉਮੈ ਛੱਡ ਦੇਵੇ ਅੱਜ ਹੀ ਸੁਖੀ ਹੋ ਜਾਏਗਾ ਵੰਡਣਾ ਸ਼ੁਰੂ ਕਰ ਦੇਵੇ ਮੋਦੀ ਖਾਨ ਨੇ ਬੜੀ ਕਮਾਲ ਗੱਲ ਕਹੀ ਸੀ ਜਿਸ ਦਿਨ ਸਾਧੂ ਨੇ ਕਹਿ ਦਿੱਤਾ ਕਹਿਣ ਲੱਗਾ ਮੋਦੀ ਤੇਰਾ ਚਿਹਰਾ ਵੇਖ ਕੇ ਮਨ ਕਰਦਾ ਵੇਖਦਾ ਹੈਗਾ ਮੈਨੂੰ ਤੇਰੇ ਨਾਲ ਪਿਆਰ ਹੈ ਮੈਂ ਨਾਮ ਹੀ ਨਾ ਸੌਦਾ ਲੈਣਾ ਕੋ ਹੋਵੇ ਕਿ ਤੂੰ ਮੈਂ ਇੱਧਰੋਂ ਲੰਘਣਾ ਦਰਸ਼ਨ ਮੇਰੇ ਕਰ ਜਾਵਾਂ ਪਰ ਮੈਂ ਅਫਸੋਸ ਨਾਲ ਇਹ ਗੱਲ ਕਹਿੰਦਾ ਕਿ ਮੋਦੀ ਖਾਨਾ ਉਜੜ ਜਾਏਗਾ ਤੇ ਤੂੰ ਜੇਲੇ ਹੋਵੇਂਗਾ ਇਹ ਪੱਕੀ ਗੱਲ ਹੈ ਕਹਿਣ ਲੱਗਾ ਕਿਉਂ ਸਤਿਗੁਰੂ ਕਿਹਾ ਕਿਉਂ ਕਹਿਣ ਲੱਗਾ ਤੇਰਾ ਜਿਹੜਾ ਤੋੜਨਾ ਹੈ ਨਾ ਇਹ ਜਾਏ ਰੁਪਏਗਾ ਤੈਨੂੰ ਤੇਰਾ ਕਰੀ ਜਾਂਦਾ ਉਜੜ ਜਾਏਗਾ ਹੱਸ ਕੇ ਸਤਿਗੁਰਾਂ ਇੱਕ ਬਚਨ ਕਿਹਾ ਸੀ ਕਹਿਣ ਲੱਗੇ ਸਾਧੂ ਮੇਰਾ ਕਰਕੇ ਜਗ ਗੁਜ਼ਰ ਗਏ ਮੈਂ ਚਾਹੁੰਦਾ ਤੇਰਾ ਕਰਕੇ ਨੂੰ ਵਸਾ ਦਿਆਂ ਇਹ ਬੰਦੇ ਨੂੰ ਕਿਤੇ ਤੇਰਾ ਕਹਿਣਾ ਆ ਜਾਏ ਤੇਰਾ ਕਹਿਣਾ ਆ ਗਿਆ ਅਸੀਂ ਧਿਆਨ ਕਰਾਂਗੇ ਅੱਗੇ ਯਕੀਨ ਚੱਲਣਾ ਪਿੱਛੇ ਜਾਣਾ ਜਿਹੜਾ ਨਾ ਸਮਾਂ ਗਵਾਉਣ ਵਾਲੀ ਗੱਲ ਹੈ ਅਤੀਤ ਦਾ ਬੋਝ ਧੋ ਰਹੇ ਅਸੀਂ ਕਦੀ ਧਿਆਨ ਨਹੀਂ ਕੀਤਾ ਸਾਡੇ ਦੇਸ਼ ਵਿੱਚ ਵਿਗਿਆਨ ਦਾ ਮੈਂ ਸਮਝਦਾ ਪਸਾਰ ਕੀ ਹੋਣਾ ਸੀ ਕੁਛ ਵੀ ਨਾ ਹੋ ਰਿਹਾ ਉਸ ਦਾ ਕਾਰਨ ਅਸੀਂ ਦੇਖਦੇ ਹਾਂ ਪਿੱਛੇ ਆ ਬਾਈਕ ਹੈ ਸਾਡੇ ਦੇਸ਼ 'ਚ ਬਣੇ ਆਈਨਸਟਾਈਨ ਵਰਗੇ ਬੰਦੇ ਐਡੀਸਨ ਵਰਗੇ ਬੰਦੇ ਹਜ਼ਾਰਾਂ ਵਿਸ਼ਕਾਰ ਜਿੰਨਾ ਕੀਤੇ ਇਹ ਜਰਮਨੀ 'ਚ ਪੈਦਾ ਹੋਇਆ ਦੌੜ ਕੇ ਹਿਟਲਰ ਕੋਲੋਂ ਚਲਾ ਗਿਆ ਤੇ USA 'ਚ ਪਹੁੰਚ ਗਿਆ ਇਹ ਬੰਦੇ ਜਿਨ੍ਹਾਂ ਨੇ ਵਿਗਿਆਨ ਦੀਆਂ ਕਾਢਾਂ ਕੱਢੀਆਂ ਅੱਗੇ ਦੇਖੇ ਪਿੱਛੇ ਨਹੀਂ ਅਸੀਂ ਦੇਖਦੇ ਹਾਂ ਹਮੇਸ਼ਾ ਪਿੱਛੇ ਅਜੇ ਵੀ ਪਿੱਛੇ ਦੇਖ ਰਹੇ ਹਾਂ ਅਜੇ ਤੱਕ ਵੀ ਧੁੱਕੀਆਂ ਨੋਸੀ ਉਹ ਰਸਮਾਂ ਇਹ ਗੱਲ ਕਹਿੰਦੇ ਹਾਂ ਸਾਰੇ ਸਿਆਣੇ ਬੈਠੇ ਹੋਏ ਇੱਥੇ ਆਖੀ ਗੱਲ ਮੈਨੂੰ ਉਮੀਦ ਹੈ ਬੜੀ ਦੂਰ ਤੱਕ ਪਹੁੰਚੇਗੀ ਜਿਹੜਾ ਕੰਮ ਰੀਤ ਔਰ ਰਸਮ ਹੋਵੇ ਨਾ ਗੁਰਮਤ ਦਾ ਉਸ ਨਾਲ ਕੋਈ ਸੰਬੰਧ ਨਹੀਂ ਰਸਮ ਨਾਲ ਕੋਈ ਸੰਬੰਧ ਨਹੀਂ ਸਾਡਾ ਧਰਮ ਤੇ ਮਰਿਆਦਾ ਦਾ ਧਰਮ ਮਰਿਆਦਾ ਹੁੰਦੀ ਹੈ ਜਿਸ ਦਾ ਤੁਹਾਨੂੰ ਪਤਾ ਹੋਵੇ ਤੁਸੀਂ ਕੀ ਕਰ ਰਹੇ ਹੋ ਔਰ ਕਿਉਂ ਕਰ ਰਹੇ ਹੋ
ਰਸਮ ਹੁੰਦੀ ਹੈ ਕਿ ਕਰੀ ਜਾਓ ਜੀ, ਪਿਓ ਦਾ ਤਾਂ ਕਰਦਾ ਸੀ, ਅਸੀਂ ਵੀ ਕਰਨਾ, ਪਰ ਪਤਾ ਕੋਈ ਨਹੀਂ ਕਿ ਕਿਉਂ ਕਰਨੇ ਪਏ ਆ, ਅਸੀਂ ਅਤੀਤ ਦਾ ਬੋਝ ਚੁੱਕੇ ਆ। ਇੱਕ ਦੋ ਬਚਨ ਹੋਰ ਦੇਖੋ, ਮੈਂ ਹੁਣ ਚਾਹਾਂਗਾ ਬਜ਼ੁਰਗੀ ਚੋਂ ਕਿ ਜਵਾਨੀ ਚਲਾ ਜਾਵਾਂ, ਇਹ ਨਹੀਂ ਹੋ ਸਕਦਾ। ਕੁਦਰਤ ਦਾ ਨਿਯਮ ਨਹੀਂ, ਮੈਂ ਬਚਪਨੇ ਤੁਰ ਜਾਵਾਂ ਨਹੀਂ। ਇਹ ਕੰਮ ਜ਼ਰੂਰ ਹੋ ਸਕਦਾ ਹੈ ਕਿ ਜਵਾਨੀ ਦੀਆਂ ਯਾਦਾਂ ਆ ਸਕਦੀਆਂ ਨੇ, ਬੈਠਕ ਕਰੀ ਜਾਵਾਂ, ਬਚਪਨੇ ਦੀਆਂ ਯਾਦਾਂ ਪਿੱਛੇ ਜਾਵਾਂ, ਪਿੱਛੇ ਜਾਵਾਂਗਾ ਬਚਪਨੇ ਤੁਰ ਜਾਵਾਂ, ਅਤੇ ਉਹ ਯਾਦਾਂ ਨਾਲ ਕੀ ਬਣੇਗਾ, ਟਾਈਮ ਬਰਬਾਦ ਹੋਵੇਗਾ। ਸਤਿਗੁਰੂ ਕਹਿੰਦੇ ਨੇ ਗੱਲ ਅੱਗੇ ਦੀ ਸੋਚ, ਪਰ ਪਿੱਛੇ ਜਿਉਂ ਜਿਉਂ ਜਾਣੇਗਾ ਝੂਲਦਾ ਰਹੇਗਾ। ਪਿੱਛੇ ਹੈ ਘਿਓ ਜਮਾਂ, ਬੀਤ ਗਈ ਦੀ ਯਾਦ ਪਈ ਹੱਡਾਂ ਨੂੰ ਖਾਵੇ, ਆਉਣ ਵਾਲੀ ਦਾ ਸਹਿਮ ਪਿਆ ਮਨ ਨੂੰ ਭਟਕਾਵੇ। ਪਿੱਛੇ ਨੂੰ ਜਿਉਂ ਜਿਉਂ ਜਾਂਦੇ ਹਾਂ, ਸਤਿਗੁਰੂ ਕਹਿੰਦੇ ਨੇ ਪਿੱਛੇ ਤੇ ਤੇਰਾ ਪਸ਼ੂ ਹੈ। ਕੁਛ ਐਸੇ ਵੀ ਵਿਚਾਰ ਹੈ ਕਿ ਸਰੀਰ ਪਿੱਛੇ ਛੱਡ ਆਏ, ਸੁਭਾਅ ਨਾਲ ਲੈ ਰਿਹਾ ਹੈ। ਇੱਕ ਬੰਦਾ ਵਾਰ ਵਾਰ ਉਹਦਾ ਭਲਾ ਕਰੋ ਬੁਰਾ ਕਰੇ, ਉਹ ਡਾਂਗੀ ਮਾਰੇ ਸੱਪ ਵਾਂਗੂ, ਇਹ ਜ਼ਰੂਰ ਪਿਛਲੇ ਜਨਮ ਚ ਸੱਪ ਰਹੇ। ਇੱਕ ਬੰਦਾ ਬੰਦਾ ਹੋ ਕੇ ਵੀ ਦਲੋਤੀਆਂ ਮਾਰੀ ਜਾ ਰਿਹਾ, ਜ਼ਰੂਰ ਗਧਾ ਰਿਹਾ। ਸਤਿਗੁਰੂ ਕਹਿੰਦੇ ਨੇ ਫੇਰ ਪਸ਼ੂ ਬਣਨਾ, ਆਖਰੀ ਡੰਡੇ ਤੇ ਖੜਾ ਹੋਣਾ। ਲੱਖ 84 ਜੋਨ ਸਵਾਈ ਮਾਨਸਿਕ ਪ੍ਰਵਧੀ ਵਡਿਆਈ, ਇਸ ਪੌੜੀ ਤੇ ਜੋ ਨਾ ਚੁੱਕੈ ਸੋ ਆਏ ਜਾਏ ਦੁੱਖ ਪਾਏਗਾ। ਕੁਦਰਤ ਦਾ ਇੱਕ ਨਿਯਮ ਹੈ, ਅਗਲੇ ਤੁਸੀਂ ਇਸ ਸਟੈਪ ਤੇ ਜਾਣਾ ਹੈ, ਪਹਿਲਾਂ ਛੱਡਣਾ ਹੀ ਪਵੇਗਾ, ਨਹੀਂ ਤੇ ਜਾ ਨਹੀਂ ਸਕਦੇ। ਉੱਪਰ ਜਾਣਾ ਹੈ ਤੇ ਤੁਸੀਂ ਆਖੋ ਪਹਿਲੀ ਪੌੜੀ ਨੂੰ ਫੜੀ ਰੱਖਾਂ, ਕਿਵੇਂ ਜਾਵਾਂਗੇ? ਤੁਹਾਡੇ ਤੇ ਜਪਜੀ ਸਾਹਿਬ ਦੇ ਵੀ 5 ਖੰਡ ਜਿਹੜੇ ਨੇ ਨਾ, ਕਦੀ ਅਸੀਂ ਇਸ ਢੰਗ ਨਾਲ ਵੀ ਸੋਚਦੇ ਹਾਂ ਵੀ ਅਸੀਂ ਇਹ ਇੱਕ ਨੂੰ ਛੱਡ ਕੇ ਦੂਸਰੇ, ਦੂਸਰੇ ਨੂੰ ਛੱਡ ਕੇ ਤੀਸਰੇ, ਤੀਸਰੇ ਨੂੰ ਛੱਡ ਕੇ ਚੌਥੇ, ਪੰਜਵੇਂ? ਗੁਰੂ ਸਾਹਿਬ ਜੀ ਨੇ ਗੱਲ ਬੜੀ ਕਮਾਲ ਕਹੀ ਹੈ, ਉਹ ਕਹਿੰਦੇ ਨੇ ਸੋ ਜਿੱਥੇ ਵੀ ਤੂੰ ਜਾਣੇਗਾ ਆਖਰ ਇਹ ਤਤ ਸਾਰ ਸਾਰਿਆਂ ਦਾ ਇੱਕ ਬਣੇਗਾ, ਹੋਵੇਗਾ ਸੱਚਖੰਡ। ਸੱਚਖੰਡ ਵਿੱਚ ਇੱਕ ਢੰਗ ਨਾਲ ਸਮਝ, ਪਹਿਲੀ ਪੌੜੀ ਜਿਸ ਤੋਂ ਚੜਿਆ ਤੇ ਆਖਰੀ ਜੁੜੀਆਂ ਹੋਈਆਂ ਨੇ, ਤੂੰ ਇਹ ਥੱਲੇ ਨਹੀਂ ਜਾਣਾ ਉੱਤੇ ਫੜ ਕੇ ਲਿਆਵੇਂ, ਉਹ ਨਹੀਂ, ਪਰ ਜੁੜੀਆਂ ਹੋਈਆਂ ਨੇ ਤੂੰ ਉੱਤੇ ਤਾਂ ਹੀ ਆਇਆ ਜੇ ਜੁੜੀਆਂ ਨੇ। ਤੇਰੇ ਸੱਚਖੰਡ ਵਿੱਚ ਵੀ ਧਰਮ ਖੰਡ ਹੋਵੇਗਾ, ਤੇਰੇ ਸੱਚਖੰਡ ਵਿੱਚ ਵੀ ਧਰਮ ਖੰਡ ਹੋਵੇਗਾ, ਤੇਰੇ ਸੱਚਖੰਡ ਵਿੱਚ ਵੀ ਗਿਆਨ ਖੰਡ ਹੋਵੇਗਾ, ਸੱਚਖੰਡ ਵਿੱਚ ਵੀ ਸਰਬ ਖੰਡ ਹੋਵੇਗਾ, ਸੱਚਖੰਡ ਵਿੱਚ ਵੀ ਕਰਮ ਖੰਡ ਹੋਵੇਗਾ। ਇਸੇ ਤਰ੍ਹਾਂ ਜੇ ਪਿੱਛੇ ਦਾ ਪ੍ਰਯੋਗ ਵੀ ਕਰਨਾ ਹੈ ਨਾ ਇੱਕ ਢੰਗ ਦਾ, ਕਿ ਜੋ ਪਿੱਛੇ ਵਰਤੀਆਂ ਕੀਤੀਆਂ ਅੱਗੋਂ ਨਹੀਂ ਕਰਨੀ, ਨਸੀਹਤ ਇੱਕ ਹੋ ਸਕਦੀ ਹੈ, ਇਸ ਤੋਂ ਜ਼ਿਆਦਾ ਪਿੱਛੇ ਨੂੰ ਪਕੜ ਕੇ ਬਹਿ ਜਾ ਇੱਕ ਹੋਰ ਟੈਂਦੀ ਕਲਾ ਵਿੱਚ ਗੰਧ ਜਾ ਨਹੀਂ, ਕਿਉਂਕਿ ਪਿਛਲਾ ਜ਼ਮਾਨਾ ਬੜਾ ਚੰਗਾ ਸੀ ਕਿ ਅਗਲਾ ਤੇ ਠੀਕ ਹੋ ਹੀ ਨਹੀਂ ਸਕਦਾ। ਪਿਛਲਾ ਕਦੋਂ ਚੰਗਾ ਸੀ, ਕਿਹੜੇ ਵੇਲੇ ਬੰਦੇ ਚੰਗੇ ਸਨ? ਮੈਂ ਤੇ ਇੱਕ ਪ੍ਰਮਾਣ ਦੇਣਾ, ਕਿਸਾਨ ਹਰ ਵਾਲੇ ਮੱਕੀ ਬੀਜਦਾ, ਕਣਕ ਬੀਜਦਾ, ਕਪਾਸ ਬੀਜਦਾ, ਧਾਨ ਦੀਨ ਨਹੀਂ ਬੀਜਦਾ, ਹਰ ਵਾਰੀ ਆਪ ਹੀ ਪੈਦਾ ਹੁੰਦੇ, ਇਹਨਾਂ ਨੂੰ ਹਰ ਵਾਰੀ ਆਪ ਹੀ ਪੁੱਟਣਾ ਪੈਂਦਾ। ਜੀਵਨ ਵਿੱਚ ਉੱਗਣ ਤੇ ਆ ਜਾਂਦੇ ਆਪਣੇ ਆਪ, ਲੇਕਿਨ ਗੁਣਾਂ ਵਾਸਤੇ ਘਾਲ ਘਾਲਣੀ ਪੈਂਦੀ ਹੈ। ਰੱਬ ਨੇ ਅੱਖਾਂ ਲਾਈਆਂ ਨੇ ਅੱਗੇ, ਪਿੱਛੇ ਨਹੀਂ ਲਾਈਆਂ, ਅੱਖਾਂ ਲਾਈਆਂ ਅੱਗੇ, ਤੋਂ ਪਿੱਛੇ ਵੇਖਦਾ ਫਿਰ
ਪਿੱਛੇ ਮੋਢਾ ਨਾ ਮੋੜ, ਇੰਜ ਕਰ ਜੋ ਹੋ ਗਿਆ ਹੋ ਗਿਆ, ਹਰ ਰੋਜ਼ ਇਹ ਕਰਕੇ ਅੱਗੋਂ ਕੀ ਕਰਨਾ। ਅਡੀਸ਼ਨ ਦੇ ਵਿੱਚ ਹੋਰ ਕੀ ਹੋ ਗਿਆ, ਅੱਗੋਂ ਮੈਂ ਕੀ ਕਰਾਂ, ਗੁਰਮਤ ਵਾਸਤੇ ਹੋਰ ਕੀ ਕਰਾਂ, ਅਜੇ ਤੱਕ ਤੇ ਇੱਥੇ ਤੱਕ ਜੁੜੇ ਹਾਂ, ਮੈਂ ਹੈਰਾਨ ਹੋ ਗਿਆ ਉਹਨਾਂ ਗੱਲਾਂ ਤੋਂ। 30 ਸਾਲ ਦਰਬਾਰ ਸਾਹਿਬ ਵਿੱਚ ਬਿਜਲੀ ਨਹੀਂ ਲੱਗਣ ਦਿੱਤੀ, ਕਿਉਂ? ਪਿੱਛੇ ਨੂੰ ਵੇਖ ਰਹੇ ਹਾਂ, ਨਹੀਂ ਜੀ ਬਿਜਲੀ ਪਿੱਛੇ ਸੱਜਣ ਨੇ ਕਹਿ ਦਿੱਤਾ ਸੀ, ਜੇ ਫਿਲਟਰ ਲਾ ਦਿੱਤਾ ਨਾ ਇਹ ਬਿਮਾਰੀਆਂ ਨਾਸ ਕਰਨ ਵਾਲੀ ਜਿਹੜੀ ਸ਼ਕਤੀ ਹੈ ਨਾ ਉਹ ਨਹੀਂ ਰਹਿਣੀ, ਫਿਲਟਰ ਪਾਣੀ ਵੀ ਨਾ ਕਰੋ ਵੱਧ ਰੋ ਪਈ ਅੱਗੇ। ਪਰ ਵੇਖੋ ਮੈਂ ਸਮਝਦਾ ਜਿਹੜੇ ਮੂਲ ਕੇ ਸਿਧਾਂਤ ਨੇ ਉਹ ਬਿਲਕੁਲ ਨਹੀਂ ਬਦਲੇ ਜਾਂਦੇ, ਉਹਨਾਂ ਨੂੰ ਕਿਹਾ ਸੀ ਗੁਰ ਮਤਾ, ਉਹ ਨਹੀਂ ਪਰ ਮਤਾ ਕਰਨ ਵਾਸਤੇ ਗੁਰੂ ਨੇ ਗੱਲ ਕਹੀ ਹੈ, ਉਹ ਕਹਿ ਕੇ ਮੈਂ ਆਗਿਆ ਮੰਗਾ, ਉਹ ਪਤ ਸਾਰੇ ਸਾਰਾ ਜੋ ਕੁਛ ਹੁਣ ਤੱਕ ਆਖੇ ਹੈ। ਬਾਣੀ ਪੜੋਗੇ ਇਸ ਵਾਸਤੇ ਗੁਰਬਾਣੀ ਤੁਹਾਡੀ ਚੇਤਨਾ ਜਗਾ ਦੇਵੇਗੀ, ਵਿਵੇਕ ਬੁੱਧ ਦੇ ਦੇਵੇਗੀ। ਗੁਰਬਾਣੀ ਪੜੋਗੇ ਵਿਵੇਕ ਬੁੱਧ ਦੇ ਦੇਵੇਗੀ, ਉਸ ਬੁੱਧ ਨਾਲ ਫਿਰ ਤੁਸੀਂ ਫੈਸਲਾ ਕਰੋਗੇ। ਕਿਹਾ ਸੀ ਮੇਰਾ ਖਾਲਸਾ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਫੈਸਲਾ ਕਰੇਗਾ ਵਿਵੇਕ ਬੁੱਧ ਨਾਲ। ਸੰਤੀ ਤੁਹਾਡੇ ਸਾਹਮਣੇ ਹੈ ਪਿਆਰੇ, ਇਹਨਾਂ ਵਿੱਚ ਮਿਲਣ ਨਾ ਜਾਈ ਮੈਂ ਕੀਏ ਕਰਵਿਆ ਨੇਕਾ, ਹਾਰ ਪਰਿਓ ਸਵਾਮੀ ਕੇ ਦੁਆਰਾ ਦੀਜੇ ਬੁੱਧ ਵਿਵੇਕਾ। ਮੈਨੂੰ ਵਿਵੇਕ ਬੁੱਧ ਦੇਣ ਤੇ ਵਿਵੇਕ ਬੁੱਧ ਨਾਲ ਬੈਠ ਕੇ ਫੈਸਲਾ ਕਰਨਾ। ਪੁਰਾਣੇ ਪੈਗੰਬਰਾਂ ਦਾ ਹਾਲ ਪੜਨਾ, ਮਹਾਵੀਰ ਆ ਤੇ ਆ ਵੀ ਜਾਏ, ਮਹਾਤਮਾ ਬੁੱਧ ਆ ਵੀ ਜਾਏ ਤੇ ਉਹਨਾਂ ਨੂੰ ਪੁੱਛੀਏ ਪੈਂਚਰ ਲਗਾਉਣਾ ਆਉਂਦਾ, ਗੱਡੀ ਠੀਕ ਕਰਨੀ ਆਉਂਦੀ ਹੈ, ਉਹ ਆਖਣਗੇ ਸਾਡੇ ਮੇਲੇ ਤੇ ਹੁੰਦੀ ਕੋਈ ਨਹੀਂ ਸੀ, ਅਸੀਂ ਗੱਡੀ ਕਿੱਥੋਂ ਠੀਕ ਕਰ ਦੇਈਏ। ਗੱਡੀਆਂ ਠੀਕ ਕਰ ਲਓ ਆਪਣੀ ਬੁੱਧ ਨਾਲ, ਜਿਹਨੇ ਆਪਣੀ ਬੁੱਧ ਨਾਲ ਕੰਮ ਕਰ ਸਕਦੇ ਹੋ। ਹਜ਼ਰਤ ਮੁਹੰਮਦ ਸਾਹਿਬ ਆ ਕੋਲ ਆਇਆ ਇੱਕ ਮਰੀਜ਼ ਤੇ ਕਹਿਣ ਲੱਗਾ ਕਿਵੇਂ ਆਇਆ, ਕਹਿਣ ਲੱਗਾ ਜੀ ਉਠਲੀ ਤੇ ਚੜ ਕੇ, ਤੇ ਕਹਿਣ ਲੱਗਾ ਉਠਲੀ ਕਿੱਥੇ, ਕਹਿਣ ਲੱਗਾ ਅੱਲਾ ਦੇ ਭਰੋਸੇ ਛੱਡ ਆਇਆ, ਕਹਿਣ ਲੱਗਾ ਪਾਗਲ ਬਿਲਕੁਲ ਠੀਕ ਫੈਸਲੇ ਕਰੇਗਾ। ਬਾਣੀ ਪੜੋਗੇ ਬਾਣੀ ਤੁਹਾਨੂੰ ਬਲ ਦੇਵੇਗੀ, ਬਾਣੀ ਸ਼ਕਤੀ ਦੇਵੇਗੀ, ਬਾਣੀ ਚੇਤਨਾ ਜਗਾਵੇਗੀ, ਫਿਰ ਬਾਣੀ ਦਾ ਆਸਰਾ ਲੈ ਕੇ ਜੋ ਕਰੋਗੇ ਨਾ ਮੇਰੇ ਜੀਵਨ ਦਾ ਕੇਂਦਰ ਹੈ ਪ੍ਰੇਮ, ਸਾਚ ਕਹੋ ਸੁਣ ਲਿਓ ਸਮੈ ਜੇ ਪ੍ਰੇਮ ਕੀ ਉਹਦੇ ਨਹੀਂ ਪਾਇਓ, ਝੂਠ ਤੁਹਾਡੇ ਮੂੰਹੋਂ ਨਿਕਲਣਾ ਹੀ, ਬੁਰਾ ਕੰਮ ਹੋਣਾ ਹੀ ਨਹੀਂ ਆ, ਉਹਨੇ ਮੰਦੇ ਪੈਰ ਨਾ ਰੱਖਿਓ, ਮੰਦੇ ਪਾਸੇ ਕਦਮ ਜਾਣਾ ਹੀ ਨਹੀਂ। ਉਹਨਾਂ ਨੇ ਕਿਹਾ ਇੰਜ ਕਰ, ਪਿਛਲਿਆਂ ਜੋ ਕੀਤਾ ਉਹਨਾਂ ਦਾ ਕਰ ਧੰਨਵਾਦ, ਅੱਗੋਂ ਇਹਦੇ ਵਿੱਚ ਤੂੰ ਕੀ ਹਿੱਸਾ ਪਾਉਣਾ, ਜਿੰਨਾ ਹੋ ਸਕਦਾ ਅੱਗੇ ਲੈ ਜਾ, ਜ਼ਮਾਨੇ ਨਾਲੋਂ ਪਿੱਛੇ ਨਾ ਰਹਿ ਜਾਈਏ। ਜ਼ਮਾਨਾ ਤੇ ਸਾਡੀ ਗੱਲ ਸੁਣਦਾ, ਅਸੀਂ ਕਈ ਵਾਰੀ ਸੁਣ ਜਾਂਦੇ ਹਾਂ, ਸੁਣ ਰਹਾ ਥਾ ਬੜੇ ਬਹੁਤ ਸੇ ਜ਼ਮਾਨਾ, ਅਮੀ ਸੋ ਗਏ ਦਾਸਤਾਂ ਕਹਿੰਦੇ ਕਹਿੰਦੇ, ਅਸੀਂ ਐਸਾ ਕਰੀਏ ਸੁਚੇਤ ਹੋਈਏ ਤੇ ਸਮਝੀਏ, ਮਨ ਵਿੱਚ ਭਾਵਨਾ ਚੰਗੀ ਕਰ ਲਈਏ ਨਾ ਯਕੀਨ ਜਾਣਾ ਨਾ, ਜਿਵੇਂ ਕਿ ਚਰਨ ਸ਼ਰਨ ਗੁਰੂ ਇੱਕ ਪੈਂਦਾ ਜਾਏ ਚੱਲ, ਸਤਿਗੁਰੂ ਕੋਟ ਪੈਂਦਾ ਆਕੇ ਹੋਏ ਲੇਤ, ਇੱਕ ਜ਼ਮਾਨ ਨੇ ਕਿਹਾ ਸੀ ਚੰਗੀ ਭਾਵਨਾ ਇਹ ਸੰਕਲਪ ਤੇਰੇ ਮਨ ਵਿੱਚ ਆਇਆ ਸੰਕਲਪ ਹੈ।
ਗੁਰੂ ਕਲਗੀ ਧਰ ਪਾਤਸ਼ਾਹ ਦੇਵਰਾਜ ਪੰਡ ਸਾਰੇ ਜਗਤ ਵਿੱਚ ਆਪਣਾ ਸੰਦੇਸ਼ਾ ਦੇ ਗਏ ਕਿ ਪੰਥ ਮਹਾਨ ਹੈ ਤੇ ਮਹਾਨ ਤਾਂ ਇਸਦੇ ਕਰਮ ਮਹਾਨ, ਮਹਾਨ ਤਾਂ ਇਸਦੀ ਸੋਚ ਮਹਾਨ ਹੈ, ਮਹਾਨ ਤਾਂ ਇਹ ਸਰਬੱਤ ਦਾ ਭਲਾ ਚਾਹੁੰਦਾ। ਵਾਹਿਗੁਰੂ ਮਿਹਰ ਕਰੇ ਪਿੱਛੇ ਮੋਢਾ ਨਾ ਮੋੜ ਗਏ, ਬੜੇ ਭਟਕੇ ਹਾਂ, ਪਤਾ ਨਹੀਂ ਕਿੰਨੇ ਜਨਮਾਂ 'ਚ ਭਟਕੇ ਹਾਂ, ਕਿੰਨੇ ਕਰਮ ਕੰਡ ਕਰਦੇ ਰਹੇ ਹਾਂ, ਕਿੰਨੇ ਵਹਿਮਾਂ ਭਰਮਾਂ 'ਚ ਫਸੇ ਹਾਂ, ਕਿੰਨੀਆਂ ਕਬਰਾਂ ਪੂਜੀਆਂ ਨੇ, ਕਿੰਨਾ ਕੁਛ ਕੀਤਾ, ਪਿੱਛੇ ਮੋਢਾ ਨਾ ਮੋੜ ਗਏ। ਹੁਣ ਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀ ਲਾਲ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਸ਼ਬਦ ਗੁਰੂ ਦੇ ਆਸਰੇ ਦੀਵਾ ਹੱਥ ਵਿੱਚ ਫੜ ਕੇ ਕਰਮਾਂ ਦੇ ਸੂਰਮੇ ਬਣ ਕੇ ਸ਼ੁਰੂ ਕਰਮਾਂ ਤੇ ਕਰੋ ਨਾ ਡਰੋ, ਇਸ ਪਾਸੇ ਅੱਗੇ ਕਦਮ ਉੱਠਣਾ, ਗੁਰੂ ਦੇ ਆਸਰੇ ਫਿਰ ਗੁਰੂ ਮਿਹਰ ਕਰੇਗਾ, ਸਫਲਤਾ ਬਖਸ਼ੇਗਾ, ਜਿੱਥੇ ਕਦਮ ਰੱਖੋਗੇ ਉਹ ਸਫਲਤਾ ਬਖਸ਼ੇਗਾ, ਮਾਲ ਧਿਆਨ ਸੰਗ ਹੋਵੇਗਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਭ ਤੋਂ ਪਹਿਲੇ ਪੱਟੀ ਜੀ ਨੇ ਤੁਹਾਡਾ ਸੁਣਾਇਆ, ਵੀਰ ਗੁਰਚਰਨ ਸਿੰਘ ਬੋਲਾ, ਮੈਂ ਆਪਣੇ ਆਪ ਨੂੰ ਵਡਭਾਗੀ ਸਮਝਦਾ ਆ ਕੇ ਤੁਹਾਡੇ ਵਿੱਚ ਸਮਾਂ ਸਫਲਾ ਹੋਇਆ, ਸਤਿਗੁਰੂ ਚੜ੍ਹਦੀ ਕਲਾ ਤੁਹਾਨੂੰ ਬਖਸ਼ੇ, ਮਿਹਰ ਕਰੇ, ਮਿਹਨਤ ਸਿਰ ਤੇ ਹੱਥ ਰੱਖਿਓ, ਸਤਿਗੁਰੂ ਕਿਰਪਾ ਕਰੇ, ਨਹੀਂ ਤਾਂ ਯਤਨ ਕਰਨਾ ਕਿ ਗੁਰੂ ਦੀ ਮਾਤ ਅਨੁਸਾਰ ਸ਼ਾਖੋ ਸ਼ਾਖਾਂ ਜੇ ਟੇਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੋਵੇ, ਟੇਕ ਸਾਡੀ ਰਹਿਤ ਮਰਿਆਦਾ ਹੋਵੇ, ਫਿਰ ਵੀ ਕਬੂਲ ਹੋਈ ਹੋਵੇ ਆਪਣੇ ਖਿਮਾ ਬਦਲਿਆਂ ਦੀ ਆਗਿਆ ਬਖਸ਼ੋ। ਦਾਸ ਨੇ ਅੰਬਾਲੇ ਜਾਣਾ, ਹੁਣ ਪਹੁੰਚਣਾ, ਮੈਂ ਆਗਿਆ ਲਵਾਂਗਾ। ਵਾਹਿਗੁਰੂ ਜੀ ਕਾ ਖਾਲਸਾ।